ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੈ, ਹੋ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉਂ ਮਿਲੈ, ਕਰ ਕਿਰਪਾ ਹਰ ਮਿਲਿਆ। ਮੇਰਾ ਸਤਿਗੁਰ ਪੂਰਾ ਇਸ਼ਪੁਨੀ ਜਨ ਕੇਰੀਆਂ ਲੈ, ਸਤਿਗੁਰ ਤੂਰਾ ਹਰ ਭਗਤ ਦਰੜਾਵੈ, ਹਰ ਭਗਤ ਸੁਣ ਇਸ ਸਤਿਗੁਰ ਮਿਰੀਐ। ਟੋਟਾ ਮੂਲ ਨਾ ਆਵੀ, ਹਰ ਲਾਭ ਨਿਤ ਦ੍ਰਿੜੀਐ। ਜਿਸ ਕੋ ਹਿਰਦੈ ਵਿਗਾਸ ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਵਾਂਗੀ। ਜਿਸ ਕੋ ਹਿਰਦੈ ਵਿਗਾਸ ਭਾਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾਵਾਹੀ। ਪਾਲਹੀ ਲੇਖੈ ਸਾਸ ਗਰਾਸੋ। ਸਤਿਗੁਰੂ ਜਗਤ ਦੇ ਰਹਿਬਰ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਚੱਲ ਰਹੀ ਲੜੀ ਵਾਰ
ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਨੂੰ ਅੰਗ ਸੰਗ ਆਪਣੇ ਨਾਲ ਹੀ ਜਾਣਿਆ ਕਿ ਦੂਰ ਹੀ ਨਹੀਂ, ਤਿੰਨਾਂ ਦਾ ਮਤ ਕੈਸਾ ਹੈ? ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੀ ਰਹਿਣੀ ਰਹਿਤ, ਉਹਨਾਂ ਦਾ ਮਤ ਜਿਨ੍ਹਾਂ ਨੇ ਪਰਮੇਸ਼ਰ ਵਾਹੀ ਗੁਰੂ ਨੂੰ ਦੂਰ ਜਾਣਿਆ ਹੀ ਨਹੀਂ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆ। ਤਿੰਨ ਪੁਰਸ਼ਾਂ ਨੂੰ ਮਰਨ ਦੀ ਚਿੰਤਾ ਨਹੀਂ ਰਹੀ, ਉਹਨਾਂ ਨੂੰ ਮਰਨੇ ਦੀ ਚਿੰਤਾ ਹੀ ਨਹੀਂ ਰਹਿੰਦੀ, ਜੀਵਨੇ ਦੀ ਆਸ ਵੀ ਉਹ ਨਹੀਂ ਕਰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਾਥ ਅੰਗ ਸੰਗ ਜਾਣੇ। ਤਿੰਨਾਂ ਦਾ ਐਸਾ ਨਿਹਚਾ ਹੋ ਜਾਂਦਾ ਹੈ। ਤੋ ਸਰਬ ਜੀਆ ਪ੍ਰਤ ਪਾਲ ਹੀ ਲਿਖੈ ਸਾਸ ਗਰਾਸ ਹੀ ਵਾਹਿਗੁਰੂ ਨਿਰੰਕਾਰ। ਤੂੰ ਸਰਬ ਜੀਵਾਂ ਦੀ ਪਾਲਣਾ ਕਰਨਹਾਰਾ ਮਾਲਕ ਹੈ, ਕਰਦਾ ਹੈ। ਜੋ ਸਾਸ ਗਰਾਸ ਭਾਵ ਇਹ ਸਭ ਤੇਰੀ ਲਿਖੀ ਵਿੱਚ, ਤੂੰ ਵੱਡਾ ਮਾਲਕ ਹੈ। ਇੱਕ ਤਿਲ ਮਾਤਰ ਅਦਕ ਨਿਉ ਨਹੀਂ ਹੁੰਦੇ, ਤੂੰ ਚਿੰਤਾ ਕੈਸੇ ਕਰੇਗੀ? ਕਿਉਂ ਚਿੰਤਾ ਕਰਨਾ? ਤੂੰ ਸਰਬ ਜੀਆਂ ਪ੍ਰਤ ਪਾਲ, ਤੂੰ ਇੱਕ ਦੀ ਪ੍ਰਤੀਪਾਲਣਾ ਨੀ ਸਭਨਾ ਦੀ ਕਰਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਐਸਾ ਦਾਤਾ, ਐਸਾ ਮਾਲਕ ਜੋ ਸਭਨਾ ਜੀਵਾਂ ਦਾ। ਅੰਤਰ ਗੁਰਮੁਖ ਤੂੰ ਵਸੈ, ਜਿਉਂ ਭਾਵੇ ਤਿਉਂ ਨਿਰਜਾਸੋ। ਤੂੰ ਗੁਰਮੁਖਾਂ ਨੇ ਦੀਦੀ ਅੰਦਰ ਵਸਦਾ ਜਾਣਿਆ, ਗੁਰਮੁਖਾਂ ਨੇ ਮੇਰਾ ਵਾਹੀ ਗੁਰੂ ਕਿਸਦੇ ਘਰ ਵਿੱਚ ਬੈਠਾ। ਜਿਸ ਪ੍ਰਕਾਰ ਤੈਨੂੰ ਪਾਉਂਦਾ ਤੈਸੀ ਹੀ ਤੂੰ ਨਿਰਣੇ ਕਰਦਾ, ਭਾਵੇਂ ਕੋਈ ਨਿਰਣਾ ਕਰਕੇ ਦੇਖ ਲਿਆ। ਕਿ ਜਿਵੇਂ ਤੈਨੂੰ ਪਾਉਂਦਾ, ਸੋਈ ਗੋਵੈ ਤੇ ਕਰਤੇ ਪਾਵੈ, ਹੋਣਾ ਉਹੀ ਜੋ ਤੈਨੂੰ ਪਾਉਂਦਾ। ਜੀ ਰਿਆ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਕਿ ਜੀ ਰਾਮ ਦਾ ਨਾਮ ਜਪਿਆ ਕਿ ਮਨ ਮੰਨਦਾ ਜਾਂ ਆਤਮਾ ਵਿੱਚ ਨਿਹਚੇ ਹੁੰਦਾ, ਕਿਉਂਕਿ ਮਲ ਵਖੇਪ ਦੋਸ਼ ਦੂਰ ਕਰਨ ਨੂੰ ਇੱਕ ਨਾਮ ਕੀ ਸਧਾਰਨ ਸੱਚ ਹੈ। ਜਬ ਗੁਰੂ ਦੁਆਰੇ ਗੁਰੂ ਦੀ ਸ਼ਰਨ ਲਿਆ ਗਿਆਨ ਦੀ ਪ੍ਰਾਪਤੀ ਹੋਈ, ਤਬ ਅੰਤਰ ਜੋ ਤ੍ਰਿਸ਼ਨਾਦਿਕ ਅਗਨੀ ਲੱਗੀ ਸੋ ਬੁਝ ਗਈ। ਅੰਤਰ ਲਾਗੀ ਜਲ ਬੁਝੇ ਪਾਇਆ ਗੁਰਮੁਖ ਗਿਆਨ, ਬਖਸ਼ਿਸ਼ ਹੋਈ। ਅੰਤਰ ਕੀ ਗਤ ਜਾਣੀਐ ਗੁਰ ਮਿਲੀਐ ਸੰਕ ਉਤਾਰ। ਅੰਤਰ ਸਥਿਤ ਜੋ ਆਤਮਾ ਹੈ ਤੇਰੀ ਪ੍ਰਾਪਤ ਤਬ ਜਾਣੀ ਜਾਂਦੀ ਜਬ ਗੁਰੂ ਨੂੰ ਨਿਸੰਕ ਹੋ ਕੇ ਮਿਲੀਏ, ਭਾਵ ਤਿੰਨਾਂ ਦੀ ਕਿਰਿਆ ਵਿੱਚ ਗਲਾਨੀ ਨਾ ਕਰੀਏ।
ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਮਰ ਮਾਰ। ਜਿਸ ਪਰਮੇਸ਼ੁਰ ਦੇ ਸਰੂਪ ਵਧੇ ਮੁਕਤ ਹੋ ਕੇ ਜਾਣਾ ਹੈ ਘਰ, ਜਿਸ ਵਿੱਚ ਜੀਵ ਤੇ ਹੀ ਪ੍ਰਾਪਤ ਹੋ ਜਾਈਏ, ਜਿਉਂਦੇ ਅਸੀਂ ਯਤਨ ਕਰੀਏ ਕਿ ਮਿਲਣਾ ਹੈ ਮੇਰੇ ਵਾਹਿਗੁਰੂ। ਜਮ ਨੂੰ ਮਾਰ ਕੇ ਭਾਵ ਕੇ ਦੰਡ ਸੇ ਰਹਿਤ ਹੋਇਆ ਤੇ ਭਾਣੇ ਜਮ ਮਰ ਹੀ ਗਿਆ, ਜੀਵਨ ਮੁਕਤ ਹੋ ਕੇ ਵਿਕਾਰਾਂ ਤੋਂ ਮਾਰ ਗਿਆ ਤੇ ਜੀਵਦਿਆਂ ਮਰ ਮਾਰਿਆ। ਅਨਹਦ ਸ਼ਬਦ ਸੁਹਾਵਣ ਪਾਈਐ ਗੁਰ ਵਿਚਾਰ। ਜਬ ਗੁਰੂ ਦੁਆਰੇ ਆਤਮਾ ਦਾ ਵਿਚਾਰ ਕਰੀਏ ਤਬ ਖਤ ਅਬਦੀ ਰਹਿਤ ਬ੍ਰਹਮ ਸੋਭ ਦੇ ਗੁਬਾਈ ਦਾ ਪ੍ਰਾਪਤੀ ਹੈ। ਅਨਹਦ ਬਾਣੀ ਪਾਈਐ ਤਹਿ ਹੋ ਮੈਂ ਹੋਏ ਵਿਨਾਸ। ਪਾਤਸ਼ਾਹ ਫਰਮਾਉਂਦੇ ਨੇ ਰਾਮ ਨਾਮ ਸਤ ਨਾਮ ਇੱਕ ਰਸ ਬਾਣੀ ਇਸਦੇ ਹਿਰਦੇ ਵਿੱਚ ਪਾਈ ਜਾਵੇ, ਇੱਕ ਰਸ ਕਿ ਪ੍ਰਾਪਤ ਤਾਂ ਖੰਤਾ ਮਮਤਾ ਦਾ ਨਾਸ ਹੁੰਦਾ ਹੈ। ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਬਾਣੈ ਦਾਸ। ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਬਾਣੈ ਦਾਸ। ਜੋ ਆਪਣੇ ਸਤਿਗੁਰੂ ਨੂੰ ਸੇਵਦਾ ਜਪਦਾ ਆਪਣਾ ਗੁਰੂ ਧਿਆਏ ਬਿਲਕੁਲ ਸੇਤੀ ਕਰਿਆ। ਖੁਸ਼ੀਆਂ ਤੇ ਆਨੰਦ ਖੇੜਾ ਸੁਤੇ ਘਰ ਵਿੱਚ ਆਉਂਦਾ। ਸਤਿਗੁਰੂ ਫਰਮਾਉਂਦੇ ਨੇ ਅਸੀਂ ਜਿਸਦੇ ਬਲੇਖਾਰ ਜਾਂਦੇ ਹਾਂ ਖੜ ਦਰ ਗਹਿ ਪੈਰਾਈਐ ਮੁਖ ਹਰ ਨਾਮ ਨਿਵਾਸ। ਇਹ ਪਿਆਰੀ ਜਿਸਦੇ ਮੁਖ ਵਿੱਚ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਨਿਵਾਸ ਹੈ, ਜੋ ਜਪਦਾ ਹੈ ਨਾਮ ਜਿਸ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਲਿਜਾ ਕੇ ਪਤ ਰੂਪੀ ਪੁਸ਼ਾਕ ਪਹਿਰਾਈ ਜਾਂਦੀ ਹੈ, ਕਿਉਂਕਿ ਵੱਡੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਦਰਗਾਹ ਵਿੱਚ ਜੋ ਨਾਮ ਦੇ ਜਾਪਕ ਨੇ, ਜੋ ਜਪਦੇ ਨੇ ਮੇਰੇ ਵਾਹਿਗੁਰੂ। ਜਹ ਦੇਖਾ ਤਹਿ ਰਬ ਰਖੇ ਸਿਵ ਸਕਤੀ ਕਾ ਵੇਰ। ਜਿੱਥੇ ਦ੍ਰਿਸ਼ਟੀ ਕਰਕੇ ਦੇਖੀਦਾ ਤਾਂ ਪੁਰਖ ਪ੍ਰਕਿਰਤੀ ਮਾਇਆ ਦਾ ਵੇਰੂ ਪ੍ਰਪੰਚ ਹੈ, ਤੇ ਜੀਵ ਰਬ ਰਖੇ ਗੁਲਰ ਫਲ ਕੇ ਮੱਛਰ ਵਰਤ ਸ਼ਿਵ ਸ਼ਕਤੀ ਦੇ ਮੇਲ ਕਰਕੇ ਤ੍ਰੈਗੁਣਾਤਮਕ ਪ੍ਰਪੰਚ ਸਾਜਿਆ ਪਰਮੇਸ਼ਵਰ ਨੇ ਤੇ ਆਪ ਹੀ ਆਤਮ ਦੇਵ ਜੀ ਰਬ ਰਖੇ। ਤ੍ਰੇਹੋ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋਖੇਰ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤ੍ਰੇਹੋ ਗੁਣ ਬੰਦੀ ਦੇਹੋਰੀ, ਤਿੰਨ ਗੁਣਾਂ ਕਰਕੇ ਰਜ ਤੇ ਦੇਹ ਹੈ ਆਪਣੀ, ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਕਰਕੇ ਦੇਹੀ ਹੈ ਆਪਣੀ। ਜੋ ਜਗਤ ਵਿੱਚ ਆਇਆ ਜੋ ਪਾਤਸ਼ਾਹ ਫਰਮਾਉਂਦੇ ਨੇ ਤ੍ਰੇਹ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋਖੇ। ਸੋ ਕੋਈ ਕਾਲ ਚੇਸ਼ਟਾ ਕਰਕੇ ਚਲਾ ਜਾਂਦਾ, ਕਿਉਂਕਿ ਸਦੀਵੀ ਇਸ ਜਗਤ ਵਿੱਚ ਰਹਿਣਾ ਨਹੀਂ, ਜੋ ਆਇਆ ਹੈ ਉਹ ਜਾਵੇਗਾ,
ਜਨਮ ਹੈ ਮਨ ਵਿੱਚ ਬਦਲਦਾ ਹੈ, ਖੁਸ਼ੀ ਹੈ ਗਮੀ ਵਿੱਚ ਬਦਲਦੀ ਹੈ, ਦਿਨ ਹੈ ਰਾਤ ਹੈ, ਸੁੱਖ ਹੈ ਦੁੱਖ ਹੈ। ਪਰਿਪੂਰਨ ਪਰਮਾਤਮਾ ਦਾ ਨਿਯਮ ਤੇ ਮਰਿਆਦਾ ਹੈ। ਕੱਲੇ ਆਮ ਹੈ ਨਾਨਕਾ ਸੱਦੀ ਉੱਠੀ ਜਾ ਕੇ, ਘੱਲਿਆ ਸੀ ਆ ਗਿਆ, ਬੁਲਾਵਾ ਆਵੇਗਾ ਜਾਣਾ। ਇੱਕ ਖੇਲ ਹੈ ਵਧਾਤਾ ਦਾ, ਆਪ ਨੇ ਜਾਨ ਇੱਕ ਖੇਲ ਬਣਾਇਆ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਇੱਕ ਖੇਲ ਹੀ ਰਚਿਆ ਹੈ ਵਧਾਤਾ ਪਰਮੇਸ਼ਰ ਨੇ, ਆਪ ਨੇ ਜਾਨ ਇੱਕ ਖੇਲ ਬਣਾਇਆ, ਆਗਿਆ ਕਾਰੀ ਕੀਤੀ ਮਾਇਆ। ਆਗਿਆ ਵਿੱਚ ਇਹ ਪਰਮੇਸ਼ਰ ਦਾ ਹੁਕਮ ਹੈ ਜੋ ਪਾਤਸ਼ਾਹ ਫਰਮਾਉਂਦੇ ਨੇ। ਬਜੋਗੀ ਦੁੱਖ ਵਿਚੜੇ ਮਨ ਮੁਖ ਲਹੇ ਨਾਵੇਂ, ਮਨ ਮੁਖ ਪੁਰਸ਼ ਵਾਂਗ ਗੁਰੂ ਤੋਂ ਵਿਛੜੇ ਹੋਏ ਦੁੱਖ ਪਾਉਂਦੇ, ਕਿਉਂਕਿ ਤਿੰਨਾਂ ਦਾ ਪਰਮੇਸ਼ਵਰ ਦੇ ਸਾਥ ਮਿਲਾਪ ਨਹੀਂ ਹੁੰਦਾ। ਮਨ ਵੈਰਾਗੀ ਘਰ ਵਸੈ ਸੱਚ ਪੈਰਾਤਾ ਹੋਏ, ਮਨ ਵੈਰਾਗੀ ਘਰ ਵਸੈ ਸੱਚ ਪੈਰਾਤਾ ਹੋਏ। ਹੇ ਜੀ, ਮਨ ਜੋ ਵੈਰਾਗੀ ਪੁਰਸ਼ ਵੱਤ ਸਦਾ ਭਰਮਾਂ ਦਾ ਰਹਿੰਦਾ ਹੈ, ਜਿਵੇਂ ਵੈਰਾਗੀ ਪੁਰਸ਼ ਭਰਮਾਂ ਦਾ, ਐਸਾ ਮਨ ਹੈ। ਸੋ ਹਿਰਦੇ ਅਸਥਾਨ ਵਿੱਚ ਤਬ ਠਹਿਰੇ, ਜੇਕਰ ਸੱਚੇ ਦੀ ਭੈ ਵਿੱਚ ਰਤਿਆ ਹੋਵੇ ਫਿਰ ਸਥਿਤ ਹੋ ਜਾਂਦਾ। ਗਿਆਨ ਮਹਾਰਸ ਭੋਗ ਵੈ ਬੋੜ ਦੂ ਭੂਖ ਨਾ ਹੋਏ, ਤਬ ਕੀ ਗਿਆਨ ਦੁਆਰਾ ਜੋ ਆਤਮਾਨੰਦ ਰੂਪ ਮਹਾਰਸ ਹੈ ਤੋ ਤਿਸ ਨੂੰ ਭੋਗਦਾ, ਫਿਰ ਤਿਸ ਨੂੰ ਤ੍ਰਿਸ਼ਨਾ ਨਹੀਂ ਹੁੰਦੀ। ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਦਾ ਭਾਵ ਹੋ ਜਾਂਦਾ ਹੈ। ਨਾਨਕ ਇਹੋ ਮਨ ਮਾਨ ਮਿਲ ਪੀ ਫਿਰ ਦੁੱਖ ਨਾ ਹੋਏ। ਕੀ ਪਿਆਰਿਆ, ਇਸ ਮਨ ਤੋਂ ਬਾਅਦ ਵਾਹਿਗੁਰੂ ਦੇ ਸਾਥ ਮਿਲ ਜਨਮ ਮਰਨ ਦੇ ਫਿਰਨੇ ਦਾ ਦੁੱਖ ਨਹੀਂ ਹੋਵੇਗਾ ਤੈਨੂੰ। 84 ਵਿੱਚ ਫਿਰ ਭਰਮਣਾ ਨਹੀਂ, 84 ਦਾ ਅੱਗੇ ਇਹ ਨਿਵਿਰਤੀ ਹੋ ਜਾਵੇ। ਨਾਨਕ ਇਹੋ ਮਨ ਮਾਨ ਮਿਲ ਪੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨੋ, ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਨ। ਹੀ ਭਾਈ, ਇਹ ਮਨ ਮੂਰਖ ਕੈਸਾ ਹੈ? ਲੋਭੀ ਹੈ, ਬੜਾ ਲੋਭੀ ਹੈ। ਇਸੀ ਵਾਸਤੇ ਪਦਾਰਥਾਂ ਦੇ ਲੋਭ ਚ ਦਿਨ ਰਾਤ ਲੱਗਿਆ ਹੀ ਫਿਰਦਾ, ਐਸਾ ਮਨ। ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ, ਬੇਮੁਖ ਸਾਕ ਕਠੋਰ ਗੁਰੂ ਸ਼ਬਦ ਵਿੱਚ ਉਹ ਭਿੱਜਦਾ ਕਿ ਸਨਿਗਧ ਨਹੀਂ ਹੁੰਦਾ, ਪਤੀ ਆਉਂਦਾ ਨਹੀਂ, ਖੋਟੀ ਮਤ ਕਰਕੇ ਆਉਣ ਜਾਣ ਜਨਮ ਵੰਡ ਹੀ ਬਣਿਆ, ਭਾਵੇਂ ਕਿ ਜਬ ਤੱਕ ਗੁਰੂ ਸ਼ਬਦ ਵਿੱਚ ਨਿਹਚਾ ਨਹੀਂ, ਪਿਆਰ ਨਹੀਂ, ਵਿਸ਼ਵਾਸ ਨਹੀਂ, ਕਵੇ ਆਵਾਗਮਨ ਨਹੀਂ ਬਿਟੇਗਾ, ਉਹ ਬਣਿਆ ਹੀ ਰਹੇਗਾ। ਜੇ ਨਿਹਚਾ ਹੀ ਨਹੀਂ, ਵਿਸ਼ਵਾਸ ਹੀ ਨਹੀਂ,
ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਸਾਧੂ ਸੰਪੰਨ ਹੋਏ ਨੇ ਜੇਕਰ ਪੂਰਾ ਗੁਰੂ ਮਿਲ ਜਾਵੇ, ਸਾਧਨ ਸੰਪੰਨ ਹੋ ਗਏ, ਪਰ ਬਖਸ਼ਿਸ਼ਾਂ ਹੋਈਆਂ ਪੂਰੇ ਗੁਰੂ ਦਾ ਮੇਲ ਹੋ ਜਾਵੇ, ਬ੍ਰਹਮ ਸਰੋਤਰੀ ਬ੍ਰਹਮ ਨੇ ਤਬ ਗੁਣੀ ਨਿਧਾਨ ਵਾਹਿਗੁਰੂ ਨੂੰ ਪਾ ਲਈਆਂ। ਮਨ ਰਹੋ ਮੈਂ ਛੋੜ ਗੁਮਾਨ, ਹਰ ਗੁਰ ਸਰਵਰ ਸੀਵ ਤੂੰ ਪਾਵੈ ਦਰਗਹਿ ਮਾਨੋ। ਇਹ ਭਾਈ ਮਨ ਤੇ ਹੰਤਾ ਮਮਤਾ ਇੰਦਰਿਆਂ ਦਾ ਮਾਣ ਤਿਆਗ, ਹਰੀ ਸਰੂਪ ਜਾਣ ਕੇ ਗੁਰੂ ਜੋ ਸਰਵ ਸੁੱਖਾਂ ਦੇ ਸਮੁੰਦਰ ਨੇ ਤਿੰਨਾਂ ਨੂੰ ਸੇਵਨਾ ਕਰਕੇ ਤੂੰ ਪਰਲੋਕ ਵਿੱਚ ਆਦਰ ਪਾਵੇਂਗਾ, ਵਡਿਆਈ ਮਿਲੇਗੀ। ਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਧਨ ਜਾਨ। ਗੁਰੂ ਦੁਆਰੇ ਰਾਮ ਨਾਮ ਦਿਨ ਰਾਤ ਜਪਦਾ ਰਹੇ, ਗੁਰ ਸ਼ਬਦੀ ਗੁਰਮਤੀਆ ਬਣ ਕੇ ਨਾਮ ਜਾਵਾਂ। ਵਾਹਿਗੁਰੂ ਨਾਮ ਹੀ ਪਰਲੋਕ ਦਾ ਧਨ, ਐਸੇ ਨਿਹਚੇ ਕਰਕੇ ਤੂੰ ਜਾਨਣਾ ਕਰ। ਸਭ ਸੁਖ ਹਰ ਰਸ ਭੋਗਣ, ਸੰਤ ਸਭਾ ਮਿਲ ਗਿਆਨ। ਸੰਪੂਰਨ ਸੁਖ ਵਾਹਿਗੁਰੂ ਰਸ ਦੇ ਭੋਗਣੇ ਦੇ ਅੰਦਰ ਹੀ ਆ ਜਾਂਦੇ ਨੇ, ਸਾਰੇ ਹੀ ਸੁਖ ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਲਿਆ ਸਾਰੇ ਸੁੱਖ ਅੰਦਰ ਆ ਜਾਂਦਾ। ਗਿਆਨ ਦੀ ਸੋਝੀ ਕਿੱਥੋਂ ਮਿਲਦੀ ਹੈ? ਬਾਦਸ਼ਾਹ ਪਵਾਉਂਦੇ ਨੇ ਸੰਤਾਂ ਦੀ ਸਭਾ ਵਿੱਚ ਮਿਲਿਆ ਹੀ ਹੁੰਦਾ, ਇਹ ਬਖਸ਼ਿਸ਼ ਉੱਥੋਂ ਮਿਲਦੀ ਹੈ। ਸਭ ਸੁੱਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨੇ। ਗਿਆਨ ਗੁਰੂ ਦੀ ਸੰਤਾਂ ਦੀ ਸਭਾ ਸਤ ਸੰਗਤ ਵਿੱਚੋਂ ਮਿਲਦਾ। ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਜਿਨ੍ਹਾਂ ਨੂੰ ਸੰਤ ਸਭਾ ਵਿੱਚ ਸਤਿਗੁਰੂ ਨੇ ਨਾਮ ਦਿੱਤਾ, ਬਖਸ਼ਿਸ਼ਾਂ ਕੀਤੀਆਂ। ਸੋ ਵਾਹਿਗੁਰੂ ਪ੍ਰਭੂ ਤੈ ਕਾਲ ਆਵਾਜ਼ ਸਰੂਪ ਹੈ, ਇਹਨਾਂ ਨੇ ਸੇਵਿਆ ਰਾਧਿਆ ਬਖਸ਼ਿਸ਼ਾਂ ਲਈਆਂ। ਨਿਤ ਅਹਿਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ, ਇਹ ਬਖਸ਼ਿਸ਼ਾਂ ਮਿਲੀ। ਕੂਕਰ ਕੂੜ ਗਵਾਈਐ, ਗੁਰ ਨਿੰਦਾ ਪਚੈ ਪਜਾਨ। ਜੋ ਮਨਮੁਖ ਰੂਪੀ ਕੂਕਰ ਨੇ, ਮਨਮੁੱਖਾਂ ਨੂੰ ਕੂਕਰ ਕੁੱਤੇ ਆਖਿਆ ਸਤਿਗੁਰਾਂ ਨੇ, ਸੋ ਕੂੜੇ ਕਦਮ ਕਮਾਉਂਦੇ ਨੇ, ਗੁਰੂ ਨਿੰਦਿਆ ਵਿੱਚ ਖਚਤ ਹੋ ਰਹੇ, ਪਚੇ ਸੜੇ ਨੇ। ਔਰਾਂ ਨੂੰ ਵੀ ਗੁਰੂ ਨਿੰਦਿਆ ਵਿੱਚ ਪਹੁੰਚਾਉਂਦੇ ਨੇ, ਕਿਉਂਕਿ ਗੁਰੂ ਨਿੰਦਿਆ ਜੋ ਕਰਦੇ ਨੇ ਸੋ ਸੜਨਗੇ, ਪਚਾਵਣਗੇ, ਭਾਵ ਨਰਕ ਵਿੱਚ ਜਾ ਪਾਵੇ ਕਿ ਉਹ ਨਰਕ ਦੀ ਅਗਨੀ ਵਿੱਚ ਜ਼ਰੂਰ ਜੜਨਗੇ। ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚਾ ਪਚਾ, ਕਿਉਂਕਿ ਨਿੰਦਾ ਜੋ ਗੁਰੂ ਦੀ ਰੱਬ ਦੇ ਜਨਾਂ ਦੀ ਕਰਦੇ ਉਹ ਬਖਸ਼ੇ ਨਹੀਂ ਜਾਂਦੇ। ਸਾਧਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੇ, ਵਸ਼ ਨਰਕ ਵਿੱਚ ਜਾਂਦਾ। ਭਰਮ ਭੂਲਾ ਦੁੱਖ ਘਣੋ, ਜਮ ਵਾਲ ਕਰੇ ਖੁਲਹਾਨ।
ਭਰਮ ਕਰਕੇ ਭੁੱਲਿਆ ਹੋਇਆ ਮਨੁੱਖ ਬੜਾ ਦੁੱਖ ਪਾਉਂਦਾ। ਜਮ ਨਿਸੰਗ ਹੋ ਕੇ ਜਿਸ ਦੀ ਖਲ ਦੀ ਹਾਨੀ ਕਰਦਾ, ਖਲ ਉਹ ਤਾਂ ਕਿਉਂਕਿ ਭਰਮ ਦੇ ਵਿੱਚ ਭੁੱਲਿਆ ਵੀ ਸਜਾਵਾਂ ਮਿਲਦੀਆਂ ਨੇ, ਗੁਰੂ ਵਾਲਾ ਨਹੀਂ ਬਣਿਆ, ਨਾਮ ਨਹੀਂ ਜਪਿਆ। ਮਨ ਮੁਖ ਸੁਖ ਨਾਮਾਈਆ, ਗੁਰਮੁਖ ਸੁਖ ਸੋਭਾਨ। ਮਨ ਮੁਕਤਾਂ ਕਦੇ ਆਤਮ ਸੁੱਖ ਨਹੀਂ ਮਿਲਦਾ ਜੋ ਗੁਰਮੁਖ ਨੇ, ਤੇ ਇਹਨਾਂ ਨੂੰ ਅਸਚਰਜ ਸੁੱਖ ਜੋ ਸੂਝਵਤ ਪ੍ਰਕਾਸ਼ ਰੂਪ ਗਿਆਨ ਕੇ ਆਤਮ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਐਥੈ ਧੰਦ ਬਟਾਈਐ ਸੱਚ ਲਿਖਤ ਪਰਵਾਨ। ਮਨ ਮੁੱਖਾਂ ਨੂੰ ਇਸ ਲੋਕ ਵਿੱਚ ਤਾਂ ਧੰਦ ਜਗਤ ਵਿਵਹਾਰਾਂ ਵਿੱਚ ਖਪਾਈਦਾ ਹੈ, ਜੋ ਮਨ ਮੁੱਖ ਕਿ ਜੋ ਸੱਚੇ ਨੇ ਲੇਖ ਲਿਖ ਦਿੱਤਾ ਸੋ ਅਮੇਟ ਹੈ, ਉਹ ਪ੍ਰਵਾਨ ਹੋ ਜਾਂਦਾ, ਉਹ ਮਿਟਦਾ। ਲੇਖ ਨਾ ਮਿੱਟੀ ਇਹ ਸਖੀ ਜੋ ਲਿਖਿਆ ਕਰਦਾ, ਜੋ ਲਿਖ ਦਿੱਤਾ ਵਧਾਤਾ ਨਹੀਂ ਅਮੇਟ ਹੈ। ਹਰ ਸੱਜਣ ਗੁਰ ਸੇਵ ਦਾ ਗੁਰ ਕਰਣੀ ਪ੍ਰਦਾਨ। ਜੋ ਗੁਰਮੁਖ ਨੇ ਸੋ ਵਾਹਿਗੁਰੂ ਰੂਪ ਗੁਰੂ ਸੱਜਣ ਨੂੰ ਜਪਦੇ ਨੇ, ਸੇਵਦੇ ਨੇ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਵਾਹਿਗੁਰੂ ਸੱਜਣ ਜੋ ਗੁਰੂ ਨੇ ਤੈਨੂੰ ਸੇਵਦਾ, ਇਸ ਦੀ ਬੰਦਗੀ ਵਿੱਚ ਕਰਨੀ, ਬੰਦਗੀ ਕਰਨੀ ਨਾਮ ਜਪਣਾ, ਗੁਰ ਕਰਨੀ ਪ੍ਰਧਾਨ ਉਹ ਵੱਡੀ। ਸੋਈ ਪੁਛ ਸੰਤਾਂ ਵਿੱਚ ਮੁੱਖ ਨੇ ਪ੍ਰਧਾਨ ਨੇ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੀ ਭਾਵ ਹੈ ਦਰ ਕਹਿਮਾ। ਨਾਨਕ ਨਾਮ ਨਾ ਵੀਸਰੈ ਕਰਮ ਸੱਚੇ ਨੀਸਾਨ। ਨੂੰ ਨਾਮ ਕਦੇ ਨਹੀਂ ਵਿਸਰਦਾ, ਜੋ ਰੱਬ ਦੇ ਜਨ ਨੇ ਉਹ ਜਪਦੇ ਰਹਿੰਦੇ ਨੇ। ਜੇ ਸੱਚੇ ਵਾਹਿਗੁਰੂ ਦੀ ਕਿਰਪਾ ਦਾ ਪ੍ਰੇਮ ਰੂਪੀ ਚਿੰਨ ਹੈ, ਸੋ ਕੈਸਾ ਪ੍ਰੇਮ ਹੈ, ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਐਸਾ ਪ੍ਰੇਮ, ਸਤਿਗੁਰੂ ਪਾਵਨ ਵਚਨ ਫਰਮਾਉਂਦੇ ਨੇ। ਸ੍ਰੀ ਰਾਗ ਮਹਲਾ ਪਹਿਲਾ, ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੀ। ਐਸਾ ਪ੍ਰੇਮ ਦਾ ਚਿੰਨ ਉਹਨਾਂ ਪਿਆਰਿਆਂ ਵਿੱਚ, ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੀ। ਇਹਨਾਂ ਨੂੰ ਕਿਸੇ ਵਿਵਹਾਰ ਦੇ ਪ੍ਰਤੀ ਬੰਨ ਕਰਕੇ ਇੱਕ ਤਿਲ ਅਲਪਕਾਲ ਦਾ ਵਾਚਕ, ਕਿ ਇੱਕ ਸਵਾਸ ਵੀ ਪਿਆਰਾ ਵਿਸਮਰਨ ਹੋ ਜਾਵੇ ਕਿ ਜਪਿਆ ਨਾ ਤਾਂ ਮਨ ਚ ਵੱਡਾ ਰੋਗ ਸੋਗ ਹੋ ਜਾਂਦਾ। ਸੋ ਕੈਸਾ ਹੁੰਦਾ ਹੈ ਕਿ ਮੇਰਾ ਇੱਕ ਸਵਾਸ ਵਿਅਰਥ ਚਲਾ ਗਿਆ, ਕਿਉਂਕਿ ਜਿਹਨਾਂ ਸਵਾਸਾਂ ਨਾਲ ਜਪਿਆ ਜਾਂਦਾ ਹੈ ਵਾਹਿਗੁਰੂ, ਉਹ ਸਵਾਸ ਜੀਵਤ ਨੇ। ਜੇ ਸਵਾਸ ਵਿਅਰਥ ਚਲੇ ਗਏ, ਇਹ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਗਤ ਨੂੰ ਉਤਾਰਦੇ ਵਿੱਚ ਰਹੇ ਸਨ। ਸ਼ਮਸ਼ਾਨ ਭੂਮੀ ਵਿੱਚ ਸਤਿਗੁਰਾਂ ਨੇ ਰਾਤ ਗੁਜ਼ਾਰੀ। ਲਿਖਿਆ ਭਾਈ ਮਰਦਾਨੇ ਨੇ ਕਿ ਕਵਰਾਂ ਦੇ ਉੱਪਰ ਲਿਖਿਆ ਹੈ ਉਮਰ, ਕਿਸੇ ਦੀ ਦੋ ਮਹੀਨੇ ਛੇ ਮਹੀਨੇ ਸਾਲ ਦੋ ਸਾਲ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਮਹਾਂਪੁਰਖ ਸਤਿਗੁਰੂ ਇਸ ਨਗਰ ਨੂੰ ਕੋਈ ਸਰਾਪ ਹੈ, ਇੱਥੇ ਜਵਾਨ ਹੀ ਮਿਰਤੂ ਹੋ ਜਾਂਦੇ, ਬਾਲਕ ਉਮਰ ਹੀ ਬੜੀ ਕੰਮ,
ਪਾਤਸ਼ਾਹ ਕਹਿਣ ਲੱਗੇ ਤੂੰ ਜਾ ਕੇ ਨਗਰ ਵਿੱਚ ਪੁੱਛ ਕੇ ਆ। ਕੌਤਕ ਵਰਤਾਇਆ ਗੁਰਦੇਵ ਨੇ, ਭਾਈ ਮਰਦਾਨਾ ਗਿਆ ਨਗਰ ਵਾਲੇ ਪਤਵੰਤੇ ਸੱਜਣਾਂ ਦੀ ਬੜੀ ਸੇਵਾ ਟਹਿਲ ਕੀਤੀ। ਜਦੋਂ ਪੁੱਛਿਆ ਦੱਸਿਆ, ਕਿਉਂਕਿ ਭਾਈ ਮਰਦਾਨੇ ਤੱਕਿਆ ਇੱਥੇ ਤਾਂ ਵੱਡੇ ਬਜ਼ੁਰਗ ਨੇ, ਸੌ ਸੌ ਸਾਲ ਦੇ ਕਬਰਾਂ ਤੇ ਲਿਖਿਆ। ਫਿਰ ਸਾਰੀ ਵਿਥਿਆ ਦੱਸੀ ਕਿ ਸਮਰੱਥ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਇੱਕ ਮਹਾਤਮਾ ਆਏ ਉਹਨਾਂ ਨੇ ਸੂਝੀ ਦਿੱਤੀ, ਅਸੀਂ ਧਰਮਸਾਲਾ ਬਣਾਈ ਤੇ ਬਹੀ ਲਾਈ, ਜਿੰਨਾ ਕੋਈ ਨਾਮ ਜਪਦਾ ਹੈ ਸੰਗਤ ਕਰਦਾ ਉਹ ਲਿਖਿਆ ਜਾਂਦਾ। ਜਦੋਂ ਉਹ ਮਿਲਤੂ ਹੁੰਦਾ ਫਿਰ ਉਨੀ ਹੀ ਉਮਰ ਉਸਦੀ ਉੱਥੇ ਲਿਖੀ ਜਾਂਦੀ ਹੈ ਕਿ ਉਨੀ ਉਮਰ ਲੇਖੇ ਵਿੱਚ ਸਭ ਵਿਅਰਥ ਚਲੀ ਗਈ। ਸਤਿਗੁਰੂ ਪਾਤਸ਼ਾਹ ਤੋਂ ਬਖਸ਼ਿਸ਼ਾਂ ਲਈਆਂ ਉਸ ਨਗਰ ਨਿਵਾਸੀਆਂ ਨੇ ਪਾਤਸ਼ਾਹ ਜੀ ਨੂੰ ਲੈ ਕੇ ਆਏ, ਬਖਸ਼ਿਸ਼ਾਂ ਲਈਆਂ, ਕਿਉਂਕਿ ਬਹੀ ਲਾਈ ਸੀ, ਕਿਉਂਕਿ ਜਿਹਨਾਂ ਸਵਾਸਾਂ ਨਾਲ ਜਪਿਆ ਜਾਂਦਾ ਉਹ ਸਵਾਸ ਜੀਵਤ ਨੇ, ਜੋ ਸਵਾਸ ਵਿਅਰਥ ਚਲੇ ਗਏ ਉਹ ਕਿਸੇ ਲੇਖੇ ਵਿੱਚ ਨਹੀਂ। ਪਾਤਸ਼ਾਹ ਦੇ ਬਚਨ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸੱਚਾ ਨਾਮ। ਸੱਚੇ ਦਾ ਨਾਮ ਆਖਣਾ ਵੀ ਕਹਿਣਾ ਵੀ ਔਖਾ। ਉਹ ਜੀਵਤ ਨੇ ਸਵਾਸ, ਇਹਨਾਂ ਸਵਾਸਾਂ ਨਾਲ ਜਪਿਆ ਜਾਂਦਾ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਜਪਿਆ, ਸਵਾਸ ਗਦਾਸ ਜਪਿਆ, ਕਿੱਲੀ ਨਾਲ ਕੇਸ ਬੰਨ੍ਹ ਲੈਣੇ ਕਿ ਇੱਕ ਵੀ ਸਵਾਸ ਵਿਅਰਥ ਨਾ ਜਾਵੇ, ਔਰ ਭਗਤੀ ਦੇ ਭੰਡਾਰੇ ਖੋਲ ਦਿੰਦੇ। ਕਿਉਂਕਿ ਐਸੇ ਮਹਾਤਮਾ, ਐਸੇ ਸੰਤ ਜੋ ਇੱਕ ਰੂਪ ਪਰਮੇਸ਼ਰ ਗੁਰੂ ਨਾਨਕ ਨਾਲ ਹੋ ਗਏ। ਕਿਉਂ ਦਰ ਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਨ। ਜਬ ਖਰੀ ਵਾਹਿਗੁਰੂ ਮਨ ਵਿੱਚ ਨਹੀਂ ਵਸਿਆ ਤਾਂ ਪਰਲੋਕ ਵਿੱਚ ਕਿਵੇਂ ਪਤ ਪ੍ਰਾਪਤ ਹੋਵੇਗੀ, ਕਿਵੇਂ ਬਖਸ਼ਿਸ਼ਾਂ ਮਿਲਣਗੀਆਂ। ਗੁਰ ਮਿਲਿਐ ਸੁਖ ਪਾਈਐ ਅਗਨ ਮਰੈ ਗੁਣ ਵਾਹ। ਗੁਰੂ ਦੇ ਮਿਲਿਆਂ ਦੇਵੀ ਸੰਪਤਾ ਦੇ ਗੁਣ ਹਿਰਦੇ ਵਿੱਚ ਧਾਰਿਆਂ ਕ੍ਰਿਸ਼ਨਾ ਰੂਪੀ ਅਗਨੀ ਵਧ ਜਾਂਦੀ, ਸੁੱਖ ਪ੍ਰਾਪਤ ਹੁੰਦੇ ਨੇ। ਮਨ ਰੇ ਅਹਿਜ ਸਖਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵੀਸਰ ਤੀ ਜਨ ਵਿਰਲੇ ਸੰਸਾਰ। ਇਹ ਪਿਆਰੀ ਦਿਨ ਤੇ ਰਾਤ ਹਰੀ ਦੇ ਗੁਣਾਂ ਨੂੰ ਸੰਭਾਲਣਾ, ਜਿਨ੍ਹਾਂ ਨੂੰ ਖਿੰਨ ਪਲ ਮਾਤਰ ਵੀ ਨਾਮ ਨਹੀਂ ਵਿਸਰਿਆ ਤੇ ਪੁਰਸ਼ ਸੰਸਾਰ ਵਿੱਚ ਉਹ ਵਿਰਲੇ ਨੇ, ਐਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਉਹ ਘਣੇ ਨਹੀਂ, ਉਹ ਰੱਬ ਦੇ ਪਿਆਰੇ ਵਿਰਲੇ ਨੇ ਨਾਮ ਜਪਣ ਵਾਲੇ। ਜੋਤੀ ਜੋਤ ਵਰਾਈਐ ਸੁਰਤੀ ਸੁਰਤ ਸੰਜੋਗ। ਸੁਰਤੀ ਜੋ ਬ੍ਰਹਮ ਦੀ ਅਭੇਦਤਾ ਦੇ ਪ੍ਰਤੀਪਾਦਕ ਵਾਕ ਹੈ ਤੇ ਨਾਮ ਗਿਆਨ ਦੀ ਸੁਰਤ ਜਿਸ ਵਿੱਚ ਹੋਵੇ ਸੋ ਭਈ ਸੁਰਤੀ, ਭਾਵ ਕਿ ਗਿਆਨ ਦੇ ਧਾਰ ਖਾਰ ਗਿਆਨਵਾਦ ਗੁਰੂ ਜਬ ਤਿੰਨਾਂ ਵਿੱਚ ਸੰਯੋਗ ਚਿੱਤ ਦੀ ਵਿਰਤੀ ਲਾਈਏ ਤਬ ਜੀਵ ਈਸ਼ਵਰ ਦੀ ਅਭੇਦਤਾ ਦਾ ਬੋਧ ਹੋ ਕੇ ਜੋ ਵਾਹਿਗੁਰੂ ਪਰਮਾਤਮਾ ਜੀਵ ਦੀ ਜੋਤ ਮਿਲ ਜਾਂਦੀ, ਇੱਕ ਹੋ ਜਾਂਦੀ ਨੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇੱਕ ਹੋ ਗਏ।
ਹਿੰਸਾ ਹੋਵੇ ਗਤ ਗਏ ਨਾਹੀ ਸਹਿਸਾ ਸੋਗ। ਤਬ ਹਿੰਸਾ ਜੋ ਜੀਵ ਘਾਤ ਆਦਿ ਕਰੇ, ਅੰਧਾ ਦੇਹ ਮਾਨ ਇਸਤਰੀ ਪੁੱਤਰ ਧਨ ਆਦਿਕਾਂ ਦਾ ਮਮਤਾ, ਇਹ ਮੇਰਾ ਪੁੱਤਰ ਇਹ ਮੇਰਾ ਧਨ, ਸੋ ਇਹ ਸਭ ਹੀ ਨਸ਼ਟ ਹੋ ਜਾਂਦੇ। ਤਾਂ ਪ੍ਰਕਾਰ ਇਹ ਕਿ ਜਬ ਤੱਕ ਆਪਣੀ ਸੇ ਉਹਨੂੰ ਪਿੰਡ ਮੰਨਦਾ, ਤਬ ਤੱਕ ਆਪਣੇ ਸੁੱਖ ਅਤੇ ਦੁੱਖ ਸੇ ਸੁਖੀ ਅਤੇ ਦੁਖੀ ਹੁੰਦਾ ਹੈ। ਜਬ ਸਰਬ ਨੂੰ ਆਪਣਾ ਆਪ ਸਮਝਦਾ ਤਾਂ ਵੈਸੇ ਵਿਚਰਦਾ ਕਿ ਜੈਸੇ ਅਪਮਾਨ ਸੇ ਮੈਂ ਦੁਖੀ ਹੁੰਦਾ ਹਾਂ, ਤੈਸੇ ਔਰਾਂ ਨੂੰ ਵੀ ਦੁੱਖ ਹੁੰਦਾ ਹੋਊਗਾ। ਐਸੇ ਜਾਣ ਕੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਮਨੁੱਖ। ਜੈਸੀ ਅਪਮਾਨ ਸੇ ਮੈਂ ਦੁਖੀ ਹੁੰਦਾ ਹਾਂ, ਤੈਸੇ ਔਰਾਂ ਨੂੰ ਵੀ ਦੁੱਖ ਹੁੰਦਾ ਹੋ। ਐਸੇ ਜਾਣਦਾ ਤੁਸੀਂ ਔਰ ਕਿਸੇ ਨੂੰ ਦੁੱਖ ਨਹੀਂ ਦਿੰਦਾ। ਔਰ ਦੇਹ ਨੂੰ ਆਪਣੇ ਸੇ ਭਿੰਨ ਨਾਸਵਤ ਮੰਨ ਕੇ ਨਾ ਤਾਂ ਮੈਂ ਹਮਤਾ ਨਹੀਂ ਕਰਦਾ। ਇਸਤਰੀ ਪੁੱਤਰ ਆਦਿਕਾਂ ਨੂੰ ਵੀ ਆਗਮਾ ਪਾਈ ਸਮਝ ਕੇ ਤਿੰਨਾਂ ਵਿੱਚ ਮਮਤਾ ਨਹੀਂ ਕਰਦਾ, ਵਿਚਰਦਾ ਖੈ ਰਹਿੰਦਾ ਖੈ ਕੁਟੁੰਬ ਪਰਿਵਾਰ ਵਿੱਚ ਅਸੰਗ ਤੇ ਨਲੇ। ਐਸੇ ਮਹਾਤਮਾ ਪੁਰਸ਼ ਨੂੰ ਨਾ ਕੋਈ ਸੰਸਾ ਨਾ ਕੋਈ ਸੋਗ ਹੁੰਦਾ। ਹਿੰਸਾ ਹੋ ਮੈਂ ਗਤ ਗਏ ਨਾ ਹੀ ਸਹਿਸਾ ਸੋਗ। ਗੋਰਾ ਵਖ ਜੈ ਸਹਾਰਾ ਤਿਸ ਮੇਲੇ ਗੁਰ ਸੰਜੋਗ। ਹੇ ਪਿਆਰੀਓ, ਗੁਰੂ ਦੁਆਰੇ ਜਿਸਦੇ ਮਨ ਵਿੱਚ ਵਾਹੇ ਗੁਰੂ ਪਰਮੇਸ਼ੁਰ ਵਸਦਾ ਤੇ ਸੰਜੋਗ ਕਰਕੇ ਸਭ ਤੋਂ ਵੱਡਾ ਪਰਮਾਤਮਾ ਇਹ ਸਾਥ ਬੁਲਾ ਲੈਂਦਾ। ਕਾਇਆ ਕਾਵਣ ਜੇ ਕਰੀ ਭੋਗੇ ਭੋਗਣ। ਜੇਕਰ ਬੁੱਧੀ ਰੂਪ ਇਸਤਰੀ ਨੂੰ ਨਿਸ਼ਕਾਮਤਾ ਕਰਕੇ ਸ਼ੁੱਧ ਕਰੀਏ, ਸੇਵਾ ਕਰਤ ਹੋਏ ਨਹਿ ਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਹਿ ਕਾਮਨਾ ਨਿਸ਼ਕਾਮਤਾ, ਉਹ ਭੋਗਣ ਖਾਰ ਜੋ ਵਾਹਿਗੁਰੂ ਦੇ ਆਨੰਦ ਨੂੰ ਭੋਗੋ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਖਾਰ, ਤਿਸ ਸਿਓ ਦੇਹੋ ਨਾ ਕੀ ਜਈ ਜੋ ਦੀਸੈ ਚੱਲਣ। ਸਤਿਗੁਰੂ ਪਾਤਸ਼ਾਹ ਪਰਵਾਉਂਦੇ ਨੇ ਪਿਆਰੇ, ਉਹ ਤਿੰਨਾਂ ਸਦਬ ਪ੍ਰਪੰਚ ਚੱਲਣ ਹਾਰ ਰੇਟੀ ਆਉਂਦਾ, ਇਸ ਦੇ ਸਾਥ ਮੋਹ ਨਹੀਂ ਕਰਦੇ। ਸੰਸਾਰ ਮੋਹ ਛੱਡ ਦਿੱਤਾ, ਪਰੰਤੂ ਮਨ ਦਾ ਸੁਭਾਅ ਪ੍ਰੇਮ ਕਰਨੇ ਦਾ ਹੈ। ਸੋ ਪ੍ਰੇਮ ਕਿੱਥੇ ਕਰਦੇ ਨੇ? ਸਤਿਗੁਰੂ ਇਹ ਵੀ ਕਹਿੰਦੇ ਨੇ ਕਿਉਂਕਿ ਮਨ ਦਾ ਸੁਭਾਵ ਹੈ ਪ੍ਰੇਮ, ਉਹ ਪ੍ਰੇਮ ਕਰਦੇ ਨੇ ਕਿੱਥੇ? ਪਾਤਸ਼ਾਹ ਫਰਮਾਉਂਦੇ ਨੇ ਗੋਰਮਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ। ਸੋ ਗੁਰਮੁਖ ਗਿਆਨਵਾਨ ਰੂਪ ਸੁਹਾਗਣੀ ਆ, ਪ੍ਰਭ ਭਗਤਾਂ ਨੂੰ ਅੰਤ ਕਣ ਵਿੱਚ ਸਾਖੀ ਰੂਪ ਜਾਣ ਕੇ ਰੱਖਦੇ ਆ, ਭਾਵੇਂ ਕਿ ਤਿਸਦੀ ਆਨੰਦ ਵਿੱਚ ਮਗਨ ਹੋ ਜਾਂਦੇ ਆ। ਜੋ ਗੁਰਮੁਖ ਸੁਹਾਗਣੀਆਂ ਨੇ, ਗਿਆਨਵਾਨ ਨੇ, ਚਾਰੇ ਅਗਨ ਵਾਰ ਮਾਰ ਗੁਰਮੁਖ ਹਰ ਜਲ ਪਾਏ। ਤਿੰਨ ਗੁਰਮੁਖਾਂ ਨੇ ਪਰਮੇਸ਼ੁਰ ਦੇ ਨਾਮ ਰੂਪੀ ਜਲ ਨੂੰ ਪਾ ਕੇ ਚਾਰੇ ਅਗਨੀਆਂ ਕਿਹੜੀਆਂ ਨੇ? ਹਿੰਸਾ, ਮੋਹ, ਲੋਭ ਤੇ ਕੋਪ, ਇਹ ਚਾਰ ਅਗਨੀਆਂ ਨੇ, ਬੜੀਆਂ ਪ੍ਰਜੋਤ ਅਗਨੀਆਂ ਨੇ ਚਾਰੇ, ਹਿੰਸਾ, ਮੋਹ, ਲੋਭ ਤੇ ਕ੍ਰੋਧ। ਸਭ ਬੁਝਾਵਣੀ ਕੀਤੀ ਹੈ ਗੁਰਮੁਖਾਂ ਨੇ, ਜੀ ਭਾਵ ਵੀ ਤਿੰਨਾਂ ਦਾ ਮਰ ਗਿਆ। ਆਤਰ ਕਮਲ ਪਰ ਗਾਸਿਆ ਅੰਮ੍ਰਿਤ ਭਰਿਆ ਗਾਏ।
ਜਿਹਨਾਂ ਦਾ ਅੰਤਰ ਹਿਰਦਾ ਕਮਲ ਪ੍ਰਕਾਸ਼ਵਾਨ ਹੋਇਆ, ਆਤਮਾ ਨੰਦ ਰੂਪ ਜੋ ਅੰਮ੍ਰਿਤ ਇਸ ਕਰਕੇ ਭਰਿਆ, ਤੁਸੀਂ ਵਿੱਚ ਤ੍ਰਿਪਤ ਨੇ ਆਨੰਦ ਨੇ। ਨਾਨਕ ਸਤਿਗੁਰ ਮੀਤ ਕਰ ਸਚ ਪਾਵਹੀ ਦਰਗਹ ਜਾਏ। ਕੀ ਪਿਆਰਿਆ, ਐਸੇ ਸਤਿਗੁਰੂ ਦੇ ਸਾਥ ਮਿੱਤਰਤਾ ਕਰ, ਐਸਾ ਸਤਿਗੁਰੂ ਮਿੱਤਰ ਜਾ ਕਾ ਮੀਤ ਸਾਜਨ ਹੈ ਸਮੀਆ, ਤਿਸ ਜਨ ਕਹੋ ਕਹੋ ਕਾ ਕੀ ਗਮੀ ਫਿਰ ਕਾਹਦੀ ਗਮੀ। ਇਹ ਸੱਜਣ ਮਿੱਤਰ ਹੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਣਾ ਲਿਆ, ਗੁਰੂ ਤੋਂ ਬਣਾ ਲਿਆ। ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ, ਇਸ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਫਿਰ ਸੁੱਖ ਪਾਵੇਗਾ, ਕਿਉਂਕਿ ਸੱਚਾ ਮਿੱਤਰ ਗੁਰੂ ਹੈ ਤੇਰਾ। ਸ੍ਰੀ ਰਾਗ ਮਹਲਾ ਪਹਿਲਾ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੇਵਲ ਗੁਰੂ ਨਾਲ ਹੀ ਮਿੱਤਰਤਾ ਹੀ ਕਰਦੇ ਅਸੀਂ ਸੁੱਖ ਹੋਵੇਗਾ, ਜਾਂ ਕੁਝ ਹੋਰ ਵੀ ਸਾਧਨ ਨੇ? ਇਹ ਅਰਜ ਗੁਜਾਰੀ ਬੇਨਤੀ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਦੀ ਅੱਗੇ ਜਗਿਆਸੂ ਨੇ। ਸਤਿਗੁਰੂ ਬਚਨ ਕਹਿਣ ਲੱਗੇ, ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ। ਕੇ ਭਾਈ ਪਿਆਰੇ, ਗੁਰੂ ਤੋਂ ਹਰੀ ਦਾ ਉਪਦੇਸ਼ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਜਪ, ਗੁਰ ਸ਼ਬਦ ਦੀ ਗੁਰਮਤੀਆ ਬਣ। ਮਨ ਸੱਚ ਕਸ ਵਟੀ ਤੋਲੀਐ ਪੂਰੈ ਤੋਲ। ਮਨ ਨੂੰ ਸੱਚੀ ਜਪ ਤਪ ਆਦਿਕ ਸਾਧਨਾ ਦੀ ਕਸਵੱਟੀ ਲਾ ਕੇ ਸ਼ੁੱਧ ਅਸ਼ੁੱਧ ਦੇ ਕੇ ਮਨ ਕਸਵੱਟੀ ਲਾ ਇਸ ਮਨ ਤਾਂ ਪੂਰੇ ਬ੍ਰਹਿਮ ਦੇ ਤੋਲ ਨੂੰ ਤੋਲੀ ਦਾ ਪਾਵੇਗੀ, ਤਾਂ ਵੈਸੇ ਗਿਆਨ ਹੋਵੇਗਾ ਕਿ ਜੈਸੇ ਬ੍ਰਹਿਮ ਸਤ ਚਿੱਤ ਆਨੰਦ ਰੂਪ ਹੈ, ਤੈਸੇ ਹੀ ਜੀਵ ਦਾ ਸਰੂਪ ਹੈ। ਜੀਵ ਮੇਂ ਔਰ ਬ੍ਰਹਿਮ ਮੇਂ ਕੁਛ ਭੇਦ ਨਹੀਂ, ਇੱਕ ਨੇ। ਕੀਮਤ ਕਿਨੇ ਰਾ ਪਾਈਐ ਰਿੱਧ ਮਾਣਕ ਮੋਲ ਅਮੋਲ। ਜੈਸੇ ਬ੍ਰਹਿਮ ਬੇਕੀਮਤੀ, ਕੋਈ ਕੀਮਤ ਨਹੀਂ ਬ੍ਰਹਿਮ ਦੀ, ਐਸੇ ਜੀਵਾਤਮਾ ਰਤਨ ਵੀ ਮੋਲ ਸੇ ਅਮੋਲਕ ਹੈ। ਪਿਆਰੀਆ, ਕੋਈ ਮੁੱਲ ਨਹੀਂ। ਭਾਈ ਰੇ ਹਰ ਹੀਰਾ ਗੁਰਮਾਂ ਸਤ ਸੰਗਤ ਸਤਿਗੁਰ ਪਾਈਐ ਐਨ ਸ਼ਬਦ ਸਲਾਏ। ਇਹ ਭਾਈ ਹਰੀ ਰੂਪ ਹੀਰਾ ਗੁਰੂ ਗਿਰਦੇ ਦੇ ਵਿੱਚ ਹੀ ਦਿਖਾ ਦਿੰਦੇ ਨੇ, ਕਿਉਂਕਿ ਉਹ ਮਾਲਕ ਤਾਂ ਗਿਰਦੇ ਘਰ ਵਿੱਚ ਹੀ ਬੈਠਾ ਕਿਤੇ ਦੂਰ ਨਹੀਂ। ਪਰੰਤੂ ਹਰੀ ਰੂਪ ਹੀਰੇ ਨੂੰ ਤਬ ਪਾਈ ਢੰਗ, ਜਬ ਸਤਿਗੁਰੂ ਦੀ ਸਤ ਸੰਗਤ ਕਰੀਏ, ਇਹ ਬਖਸ਼ਿਸ਼ਾਂ ਮਿਲਣ ਗੁਰੂ ਨਾਨਕ ਦੇ ਕਰਦੇ ਹਾਂ। ਗੁਰੂ ਉਪਦੇਸ਼ ਵਾਹਿਗੁਰੂ ਦੀ ਰਾਹ ਦਿਨ ਉਸਤਤੀ ਕਰੀਏ, ਗੁਣ ਗਾਈਏ ਗੁਰੂ ਨਾਨਕ ਦੇ। ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ। ਸੱਚ ਸੌਦਾ ਵਖਰ ਧਨ ਦਾ ਯੋਗ, ਜਿਸਦੇ ਖਰੀਦਣੇ ਸੀ ਧਨ ਧਨ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਵੀ ਜਗਤ ਵਿੱਚ ਵਡਿਆਈ ਤੇ ਉਸਤਤ ਹੁੰਦੀ, ਕਿਉਂਕਿ ਸੱਚ ਦਾ ਮਾਰਗ ਕਿਹੜਾ ਜੋ ਨਾਮ ਜਪਣਾ ਨਾਮ ਜਪਾਉਣਾ।
ਪਰਮੇਸ਼ੁਰ ਦੇ ਮਾਰਗ ਤੇ ਚੱਲ ਪੈਣਾ, ਇਹ ਸੱਚ ਦਾ ਮਾਰਗ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਹ ਮਾਰਗ ਕਿੱਥੋਂ ਮਿਲਦਾ? ਰੱਬ ਦੇ ਜਨਾਂ ਤੋਂ ਬਖਸ਼ਿਸ਼ਾਂ ਮਿਲਦੀਆਂ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਗੋਬਿੰਦ ਭਾਗੀ ਪਾਏ। ਇਹ ਧਰਮ ਦੀ ਪੌੜੀ ਜੋ ਸੰਤਾਂ ਦਾ ਮਾਰਗ, ਵੱਡੇ ਭਾਗਾਂ ਵਾਲਾ ਪਾਉਂਦਾ। ਸੱਚ ਵਕਰ ਧਨ ਰਾਸ ਲੈ ਪਾਈਐ ਗੁਰਪ੍ਰਗਾ। ਸੋ ਐਸਾ ਸੌਦਾ ਗੁਰੂ ਦੇ ਪਾਸ ਤੇ ਸ਼ਰਧਾ ਰੂਪੀ ਪੂੰਜੀ ਦੇ ਕੇ ਲੈ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਮੇਰਾ ਵਾਹਿਗੁਰੂ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਸ ਸਮੇਂ ਕ੍ਰਿਸ਼ਨ ਭਗਵਾਨ ਜੀ ਬਿਦਰ ਦੀ ਝੁੱਗੀ ਵਿੱਚ ਗਏ, ਰਾਤ ਗੁਜ਼ਾਰੀ, ਮਹੱਲਾ ਵਿੱਚ ਨਹੀਂ ਦੇ ਗਏ ਰਹੇ, ਰੋਣਾ ਚਾਰੀ ਆਦਿਕ ਉਹਨਾਂ ਪਾਸ ਵੀ ਨਹੀਂ ਰਹੇ। ਦਰਯੋ ਜਦੋਂ ਬੜਾ ਕ੍ਰੋਧ ਵਿੱਚ ਕੁਝ ਤੋਂ ਕੁਝ ਕਹਿਣ ਲੱਗਾ। ਜੋ ਵਾਪਸ ਆਈ ਭਗਵਾਨ ਬਿਰਧ ਦੀ ਝੁੱਗੀ ਵਿੱਚ ਰਾਤ ਗੁਜ਼ਾਰੀ, ਗੁਣ ਗਾ ਪੁੱਤ ਰਹਿਣ ਵਿਖਾਣੀ। ਬਾਤ ਕਹਿਣ ਲੱਗੇ, ਰਾਜਨ ਅਸੀਂ ਗੁਣ ਗਾਉਂਦੇ ਹਾਂ, ਰਾਤ ਬਤੀਤ ਹੋਈ। ਯੋਜਨ ਕੁਝ ਤੋਂ ਕੁਝ ਕਹਿਣ, ਮੁੱਖ ਦੂਜੇ ਪਾਸੇ ਹੈ। ਦਰਯੋਜਨ ਦਾ ਵਚਨ ਕਹਿ ਰਿਹਾ ਭਗਵਾਨ ਹੱਸ ਕੇ ਬੋਲੇ, ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨ ਮੁੱਖਾ। ਰਾਜਨ ਮੁੱਖ ਸਾਡੇ ਕਿੰਨੀ ਗੱਲ ਸੁਣ, ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨ ਮੁੱਖਾ। ਤੇਰੀ ਭਾਵਨਾ ਦੇਸੀ ਮੇਰੀ ਨਾਹੀ ਅਫਦਾ ਦੁੱਖਾ। ਮੈਨੂੰ ਕੋਈ ਦੁੱਖ ਨਹੀਂ ਹੋਇਆ ਝੁੱਗੀ ਵਿੱਚ ਰਾਤ ਗੁਜ਼ਾਰੀ, ਤੇਰੇ ਵਿੱਚ ਪ੍ਰੇਮ ਹੀ ਨਹੀਂ ਦਿਸਿਆ, ਕਿਵੇਂ ਰਹਿੰਦਾ? ਫਿਰ ਕਹਿਣ ਲੱਗਾ ਦੁਜੋਂ ਦਰੁਣਾ ਚਾਰੀ ਆਦਿ ਉਹਨਾਂ ਪਾਸ ਚਲੇ ਜਾਂਦੇ ਤੇ ਭਗਵਾਨ ਕਹਿਣ ਲੱਗੇ, ਭਾਉ ਜਵੇਖਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਜੋ ਬਿਦਰ ਦੇ ਹਿਰਦੇ ਵਿੱਚ ਪ੍ਰੇਮ ਪਿਆਰ ਹੋ ਕਿਸੇ ਵਿੱਚ ਦਿਸਿਆ, ਭਾਉ ਚ ਵੇਖਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਰਾਜਨ ਮੈਂ ਤਾਂ ਪ੍ਰੇਮਾ ਭਗਤੀ ਦਾ ਭੁੱਖਾ, ਮੈਨੂੰ ਕੋਈ ਧਨ ਪਦਾਰਥ ਨਹੀਂ, ਪ੍ਰੇਮ। ਪ੍ਰੇਮ ਨਾਲ ਜਿਹਨਾਂ ਨੇ ਯਾਦ ਕੀਤਾ ਉਸੇ ਮੇਰਾ ਵਾਹਿਗੁਰੂ ਚੱਲ ਕੇ ਜਾਂਦਾ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਆਪ ਚੱਲ ਕੇ ਗਏ ਭਾਈ ਲਾਲੋ ਦੇ। ਉਹ ਤੇਰੇ ਦਾ ਪ੍ਰਸ਼ਾਦਾ ਛਕਿਆ, ਕਿਉਂਕਿ ਪ੍ਰੇਮ ਹੈ, ਸ਼ਰਧਾ ਹੈ। ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾ, ਕਿਉਂਕਿ ਸ਼ਰਧਾ ਦੀ ਪੂੰਜੀ ਲੈ ਇਹ ਸੌਦਾ ਗੁਰੂ ਤੋਂ ਮਿਲਦਾ। ਜੇ ਕਹੇ ਤਿਸ ਕਰਕੇ ਲਾਭ ਕੀ ਹੋਵੇ? ਇਹ ਪਾਤਸ਼ਾਹ ਕਹਿੰਦੇ ਵੱਡਾ ਪ੍ਰਗਾਸ ਰੂਪ ਆਤਮ ਗਿਆਨ ਮਿਲ ਜਾਵੇ। ਆਤਮ ਗਿਆਨ ਦੀ ਫਿਰ ਪ੍ਰਾਪਤੀ ਹੋ ਜਾਵੇਗੀ ਜਦੋਂ ਇਹ ਬਖਸ਼ਿਸ਼ਾਂ ਲਵੇ। ਫਿਰ ਬੇਨਤੀ ਕੀਤੀ ਪਾਤਸ਼ਾਹ, ਤਿਸ ਆਤਮ ਲਾਭ ਕਰਕੇ ਫਿਰ ਕੀ ਲਾਭ ਹੁੰਦਾ? ਜਦੋਂ ਆਤਮ ਲਾਭ ਮਿਲਿਆ ਉਸ ਤੋਂ ਅੱਗੇ ਫਿਰ ਲਾਭ ਕੀ ਹੋਵੇਗਾ? ਪਾਤਸ਼ਾਹ ਕਹਿਣ ਲੱਗੇ, ਜਿਉਂ ਅਗਨ ਬਰੈ ਜਲ ਪਾਇਐ ਤਿਉਂ ਤ੍ਰਿਸ਼ਨਾ ਦਾਸਨ ਦਾਸ। ਜੈਸੇ ਜਲ ਪਾਉਣੀ ਸੀ ਅਗਨੀ ਸ਼ਾਂਤ ਹੋ ਜਾਂਦੀ, ਜਲ ਪਾਇਆ ਅਗਨੀ ਸ਼ਾਂਤ ਹੋ ਗਈ, ਐਸੇ ਆਤਮ ਪ੍ਰਕਾਸ਼ ਹੋਣੇ ਤ੍ਰਿਸ਼ਨਾ ਤੋਂ ਅਗਨੀ ਵੀ ਸ਼ਾਂਤ ਹੋ ਜਾਂਦੀ।
ਆਤਮ ਵਿੱਤ ਮਹਾਤਮਾ ਦੇ ਦਾਸਾਂ ਦਾ ਦਾਸ ਹੋ ਕੇ ਰਹਿ, ਕਿਉਂਕਿ ਜਬ ਜਗਿਆ ਸੂ ਸ਼ਰਧਾ ਪੂਰਵਕ ਇਹਨਾਂ ਦੀ ਸੇਵਾ ਕਰੇ, ਤਬ ਸੋ ਪ੍ਰਸੰਨ ਹੋ ਕੇ ਇਸਨੂੰ ਗਿਆਨ ਉਪਦੇਸ਼ ਦਿੰਦੇ। ਐਸੇ ਹੀ ਗੀਤਾ ਵਿੱਚ ਵੀ ਲਿਖਿਆ, ਜਿਉ ਅਗਨ ਵਧੈ ਜਲ ਪਾਏ ਤਿਉ ਤਿਸਨਾ ਦਾਸ ਦਾ ਜਾਮ ਜਦਾਰ ਨਾ ਲੱਗ ਇਉ ਭੋਜਲ ਤਰੇ ਦਰਾਸ। ਭਾਈ ਸੰਸਾਰ ਸਮੁੰਦਰ ਜਿਸ ਵਿੱਚ ਜਨਮਾਦਿਕਾਂ ਦਾ ਭਾਉ ਰੂਪ ਜਲ ਹੈ, ਇਸੇ ਜਿਨ੍ਹਾਂ ਨੂੰ ਤਰਨੇ ਦੀ ਆਸਾ ਸੋ ਇਸ ਪ੍ਰਕਾਰ ਤਰੇ ਨੇ, ਜੋ ਆਪ ਤਾਂ ਤਰੇ ਨੇ ਉਹਨਾਂ ਨੂੰ ਤਰਨੇ ਵਿੱਚ ਸਮਰੱਥ। ਪੈਸੇ ਤਰੇ ਜਲਾਦ ਜੋ ਜਿੱਦ ਦਾ ਸ਼ਤਰੂ ਤੋਂ ਤਿੰਨਾਂ ਨਹੀਂ ਲੱਗ ਸਕਦਾ, ਭਾਵੇਂ ਇਹਨਾਂ ਨੂੰ ਜੰਮ ਦਾ ਭੈ ਨਹੀਂ ਲੱਗਦਾ, ਜੰਮ ਦਾ ਡੰਡਾ ਉਹਨਾਂ ਨੂੰ ਨਹੀਂ ਲੱਗਦਾ। ਗੌਰਵਖ ਕੂੜ ਨਾ ਪਾਵਈ ਸਚ ਰਤੇ ਸਚ ਪਾਇ। ਗੁਰਮੁਖ ਜੋ ਗਿਆਨਵਾਨ ਤੇ ਇਹਨਾਂ ਨੂੰ ਝੂਠ ਬੋਲਣਾ ਨਹੀਂ ਪਾਉਂਦਾ, ਉਹ ਝੂਠ ਨਹੀਂ ਬੋਲਦੇ ਰੱਬ ਦੇ ਪਿਆਰੇ, ਭਾਵ ਕਿ ਸਕਾਮ ਕਰਮ ਕਰੋ ਸੇ ਸਵਰਗ ਆਦਿ ਆਖਿਆ ਸੁੱਖ ਦੀ ਪ੍ਰਾਪਤੀ ਹੋਵੇਗੀ। ਐਸੇ ਝੂਠੇ ਪਦਾਰਥਾਂ ਵਿੱਚ ਜੋ ਬਚਨ ਸੋ ਝੂਠ ਤਿੰਨਾਂ ਨੂੰ ਨਹੀਂ ਪਾਉਂਦਾ, ਕਿਉਂਕਿ ਉਹ ਸੱਚੇ ਵਾਹਿਗੁਰੂ ਵਿੱਚ ਰਤੇ ਨੇ, ਸੱਚ ਹੀ ਬੋਲਣਾ ਤਿੰਨਾਂ ਨੂੰ ਪਾਉਂਦਾ। ਸੋ ਕੈਸੇ ਜਗਿਆਸੂ ਜਿਹਨਾਂ ਨੂੰ ਯਥਾਰਥ ਉਪਦੇਸ਼ ਦਿੰਦੇ ਨੇ, ਤਤ ਨਿਰੰਜਨ ਜੋਤ ਸਵਾਈ ਸੋ ਭੇਦ ਨਾ ਕੋਈ। ਐਸੇ ਬੋਲਣਾ ਤਿੰਨਾਂ ਨੂੰ ਪਾਉਂਦਾ। ਸਾਕਤ ਸਚਨਾ ਭਾਵਈ ਕੂੜੈ ਕੂੜੀ ਪਾਏ। ਜੋ ਮਨਮੁੱਖ ਨੇ ਸਾਕਤ ਗੁਰੂ ਤੋਂ ਬੇਮੁੱਖ ਹੋਏ, ਜਿਹਨਾਂ ਨੂੰ ਸੂਪ ਦੀ ਅਭੇਸਤਾ ਦਾ ਬੋਧ ਸੱਚਾ ਉਪਦੇਸ਼ ਨਹੀਂ ਪਾਉਂਦਾ ਪਿਆ, ਜੋ ਸਾਕਤ ਸੋ ਝੂਠ ਕਥਨ ਵਾਲੇ ਨੇ, ਉਹ ਝੂਠ ਦਾ ਸਹਾਰਾ ਲੈਂਦੇ ਨੇ, ਝੂਠ ਬੋਲਦੇ, ਜਿਹਨਾਂ ਦੀ ਪਤ ਵੀ ਝੂਠੀ ਕਿ ਕਿਸੇ ਪੁੰਨ ਦੇ ਪ੍ਰਭਾਵ ਸੇ ਸਵਰਗ ਵਿੱਚ ਚਲੇ ਵੀ ਜਾਵੋ ਤਾਂ ਤਿਸ ਦੀ ਵਿਵਹਾਰਕ ਪਤ ਬਣ ਗਈ, ਜਬ ਪੁੰਨ ਭੋਗ ਚੁੱਕਿਆ ਸਾਕਤ ਤਬ ਤਾਹਾਂ ਤੋਂ ਗਿਰਾ ਦਿੱਤਾ ਜਾਂਦਾ, ਉੱਥੋਂ ਸਵਰਗ ਤੋਂ ਵੀ ਕੱਢਿਆ ਜਾਂਦਾ ਹੈ ਸਾਕਤ, ਉਹ ਪਤ ਵੀ ਨਸ਼ਟ ਹੋ ਜਾਂਦੀ ਹੈ, ਸੋ ਸਦਾ ਨਹੀਂ ਰਹਿੰਦੀ। ਸੋ ਪਤ ਝੂਠੀ ਹੀ ਹੈ, ਸੱਚੀ ਪਤ ਗਿਆਨਵਾਨਾਂ ਦੀ ਹੈ, ਸਦਾ ਇੱਕ ਰਸ ਬਣੀ ਰਹਿੰਦੀ ਹੈ। ਸੱਚ ਰਤੇ ਗੁਰ ਵੇਲੇ ਸੱਚੇ ਸੱਚ ਸਵਾਏ। ਜੋ ਗੁਰੂ ਦੇ ਸਾਥ ਮਿਲ ਗਏ, ਗੁਰ ਸ਼ਬਦੀ ਗੁਰਮਤੀ ਹੋਏ, ਸੱਚ ਪਰਮੇਸ਼ਰ ਸਤ ਰਤੇ ਨੇ, ਸੋ ਸੱਚੇ ਪੁਰਸ਼ ਪਰਮੇਸ਼ਰ ਵਿੱਚ ਮਿਲ ਕੇ ਇੱਕ ਹੋ ਗਏ, ਔਰ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰੋਂ ਲਈਆਂ। ਬੇਨਤੀ ਕੀਤੀ ਪਾਤਸ਼ਾਹ ਜਿਨ ਮਦਨ ਆਦਿਕ ਸਾਧਨਾ ਸੇ ਗਿਆਨਵਾਨ ਸੂਰ ਵਿੱਚ ਮਿਲਿਆ, ਸੋ ਸਾਧਨ ਕਿੱਥੋਂ ਮਿਲਦੇ ਨੇ, ਉਹ ਸਾਧਨ ਕਿੱਥੋਂ ਪ੍ਰਾਪਤ ਹੁੰਦੇ ਨੇ, ਪਾਤਸ਼ਾਹ ਫਰਮਾਉਂਦੇ ਨੇ। ਮਨ ਮਹਿਮਾਨਕ ਲਾਲ ਨਾਮ ਰਤਨ ਪਦਾਰਥ ਹੀਰ। ਇਹ ਭਾਈ ਮਨ ਦੇ ਅੰਦਰ ਹੀ ਮਨ ਰੂਪੀ ਮਾਣਕ ਹੈ, ਮਨ ਦੇ ਅੰਦਰ ਕਿਤੇ ਦੂਰ ਪ੍ਰੇਮ ਰੂਪੀ ਲਾਲ, ਵਿਰਾਗ ਰੂਪੀ ਰਤਨ, ਗਿਆਨ ਹੀਰਾ। ਮਨ ਵਿੱਚੋਂ ਕੀ ਪ੍ਰਾਪਤੀ ਹੋ ਜਾਂਦੀ ਹੈ, ਮਨ ਵਿੱਚ ਜੋ ਨਾਮ ਹੈ ਇਹੀ ਮਾਣਕ ਲਾਲ ਹੀਰਾ ਦਾ ਯਤਨ ਰੂਪ ਦਾ ਸਰਬ ਗੁਣ ਰੂਪ ਨਾਮ ਹੈ, ਕਿਉਂਕਿ ਜਿਸ ਨਾਮ ਨੂੰ ਜਪਿਆ ਭਵ ਸਾਗਰ ਤੋਂ ਤਰ, ਜਿਸ ਨਾਮ ਨੂੰ ਜਪਿਆ
ਜੋ ਮੰਗੀਏ ਗੁਰੂ ਨਾਨਕ ਦੇ ਘਰੋਂ ਮਿਲਦਾ ਐਸਾ ਨਾਮ ਪਰਮੇਸ਼ਰ, ਕਿਉਂਕਿ ਨਾਮ ਦਾ ਕੋਈ ਮੁੱਲ ਹੀ ਨਹੀਂ, ਸਾਈਂ ਨਾਮ ਅਮੋਲ ਕੀਮਤ ਕੋਈ ਜਾਣ ਦੋ, ਜਿੰਨਾ ਭਾਗ ਮਥਾ ਕੇ ਸੇ ਨਾਨਕ ਹਰ ਰੰਗ ਮਾਣਦਾ, ਜਿਨ੍ਹਾਂ ਦੇ ਵੱਡੇ ਭਾਗ ਪਰ ਬਲਪਨੋ ਜਪਦੇ ਨੇ ਜਪਾਉਂਦੇ ਨੇ, ਸੱਚ ਵਖਤ ਧਨ ਨਾਮ ਹੈ ਘੱਟ ਘੱਟ ਗੈਰ ਗਏ, ਪਾਤਸ਼ਾਹ ਫਰਮਾਉਂਦੇ ਨੇ ਸੋਈ ਨਾਮ ਰੂਪੀ ਸੱਚਾ ਵਖਤ ਸੌਦਾ ਹੈ ਉਪਮਾ ਜੋਗ ਹੈ, ਸਦ ਵੱਖਰਾਂ ਦਾ ਧਨ ਸਾਰੂਪ ਨਾਮ ਕੀ, ਸੋ ਨਾਮ ਕਿਸ ਦਾ ਜੋ ਘੱਟ ਘੜ ਵਿੱਚ ਅਥਾਹ ਨਿਚਲ ਮੇਰਾ ਵਾਹਿਗੁਰੂ ਹੈ, ਨਾਨਕ ਗੁਰਮ ਖਮਾਈਐ ਦਇਆ ਕਰੇ ਹਰ ਹੀਰ, ਸੋ ਨਾਮ ਗੁਰੂ ਦੁਆਰਾ ਮਿਲਦਾ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਰੱਬ ਦੇ ਜਨਾਂ ਤੋਂ ਦਾਤਾਂ ਮਿਲਦੀਆਂ, ਗੁਰੂ ਤਬ ਮਿਲਦੇ ਨੇ ਜਬ ਸੋ ਵਾਹਿਗੁਰੂ ਹਰੀ ਦਾ ਰੂਪ ਆਪਣੀ ਦਇਆ ਕਰੇ ਮਿਹਰ ਕਰੇ, ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਭਰਿਆ, ਸ੍ਰੀ ਰਾਗ ਮਹਲਾ ਪਹਿਲਾ ਭਰਮੇ ਭਾਗੇ ਨਾ ਵਿਜਵੈ ਜੇ ਭਵੈ ਜੇ ਸੰਤ ਰਦੇਸ, ਸਤਿਗੁਰੂ ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰਦੇਵ ਤੀਰਥਾਂ ਵਿੱਚ ਫਿਰਿਆ, ਤੀਰਥ ਯਾਤਰਾ ਕਰਿਆ ਤੇ ਵੀ ਤ੍ਰਿਸ਼ਨ ਆਦਿਕਾਂ ਦੀ ਨਿਵਿਰਤੀ ਹੋ ਸਕਦੀ, ਪਾਤਸ਼ਾਹ ਕਹਿਣ ਲੱਗੇ ਬਚਨ ਭਰਮੇ ਭਾਗੀ ਨਾ ਬਿਜਵੈ ਜੇ ਭਵੈ ਤੇ ਸੰਤਰ ਦੇਸ, ਅਗਿਆਨੀ ਜੀਵ ਜੇਕਰ ਸਭ ਦੇਸ਼ ਵਿੱਚ ਅੰਨ ਦੇਸਾਂ ਵਿੱਚ ਵੀ ਭਰਮ ਕਰਕੇ ਫਿਰੇ, ਪ੍ਰੰਤੂ ਤਿਸ ਦੇ ਅੰਤ ਜੋ ਤ੍ਰਿਸ਼ਨਾ ਰੂਪੀ ਅਗਨੀ ਪ੍ਰਜਵਲਤ ਹੈ, ਸੋ ਇਸ ਪ੍ਰਕਾਰ ਬੁੱਝਦੀ ਨਹੀਂ ਪਿਆਰੇ ਹੈ, ਕਿੰਤੂ ਅਲਗ ਤੋਂ ਅਲਗ ਹੁੰਦੀ ਜਾਂਦੀ, ਤ੍ਰਿਸ਼ਨਾ ਵੱਧਦੀ ਜਾਂਦੀ ਹੈ ਘੱਟਦੀ ਨਹੀਂ ਮੁੱਕਦੀ, ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ਼, ਜਬ ਤੱਕ ਹਿਰਦੇ ਦੇ ਵਿੱਚੋਂ ਰਾਗ ਦਵੈਗ ਰੂਪੀ ਭੇਦ ਰੂਪੀ ਮੈਲ ਉਤਰਦੀ ਨਹੀਂ, ਤਬ ਤੱਕ ਜੀਵਨੇ ਨੂੰ ਤਰਕਾਰ ਭੇਕ ਤੇ ਧਾਵਨੇ ਨੂੰ ਵੀ ਸਤਿਗੁਰੂ ਕਹਿੰਦੇ ਤਰਕਾਰ, ਹੋਰ ਕਿਤੈ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼, ਇਹ ਪਿਆਰੇ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਉਹ ਕਿਸੇ ਪ੍ਰਕਾਰ ਦੀ ਭਗਤੀ ਨਹੀਂ ਹੁੰਦੀ, ਕਿਉਂਕਿ ਗੁਰੂ ਤੋਂ ਬਿਨਾਂ ਗੱਤ ਦੀ ਭਗਤ ਕਬੀਰ ਜੀ ਮਹਾਰਾਜ ਜੀ ਗੁਰੂ ਧਾਰ ਕੀਤਾ, ਕਿਉਂਕਿ ਗੁਰੂ ਰਾਮਾਨੰਦ ਜੀ ਦਾ ਨਿਜ ਮਰਿਆਦਾ ਸੀ, ਨੀਚ ਜਾਤੀ ਦੇ ਨੂੰ ਚੇਲਾ ਨਹੀਂ ਬਣਾਉਂਦੇ, ਪਰ ਗੁਰੂ ਧਾਰਨਾ ਵੀ ਗੁਰੂ ਰਾਮਾਨੰਦ ਜੀ ਇਹ ਗੁਰੂ ਧਾਰਿਆ ਪੱਗ ਡੰਡੀ ਵਿੱਚ ਲੰਮੇ ਪੈ ਗਏ, ਕਿਉਂਕਿ ਪਹਿ ਰਾਤ ਰਹਿੰਦੇ ਆ ਗੁਰੂ ਰਾਮਾਨੰਦ ਜੀ ਗੰਗਾ ਇਸ਼ਨਾਨ ਕਰਨ ਜਾਂਦੇ ਸਨ, ਚੰਨ ਤੇ ਨਾਲ ਤਨ ਲੱਗੇ ਆ ਕਹਿਣ ਲੱਗੇ ਉੱਠੋ ਰਾਮ ਕੇ ਰਾਮ ਸਤ ਬਚਨ ਕਹਿ ਤੇ ਭਗਤ ਕਬੀਰ ਜੀ ਨੇ ਤੇ ਜਪਿਆ ਰਾਮ ਨੂੰ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ ਇੱਕ ਹੋ ਗਈ, ਕਿਉਂਕਿ ਸਿਧਾਂਤ ਹੀ ਮਰਿਆਦਾ ਕਹਿ ਗੁਰ ਕਹਿਆ ਸਾਕਾਰ ਕਮਾਵ, ਗੁਰ ਕੀ ਕਰਨੀ ਕਾਹੀ ਤਾਵ,
ਮਾਤਾ ਦੇ ਗੁਰਮੁਖ ਅਗਨ ਦਵਾਰ ਗੁਰ ਕਾ ਕਹਿਆ ਮਨ ਵਸ ਓ ਮੈਂ ਤ੍ਰਿਸ਼ਨਾ ਬਾਰੋ। ਕੀ ਪਿਆਰੇ ਆ, ਗੁਰੂ ਦੁਆਰਾ ਗਿਆਨ ਪਾ ਕੇ ਅੰਤਰ ਦੀ ਅਗਨੀ ਨੂੰ ਮਿਲਦੇ, ਕਿਉਂਕਿ ਗੁਰੂ ਦਾ ਕਥਨ ਕੀਤਾ ਹੋਇਆ ਉਪਦੇਸ਼ ਜਦ ਮਨ ਵਿੱਚ ਵਸੇਗਾ ਤਾਂ ਵੀ ਖੰਤਾ ਤੇ ਮਮਤਾ ਤ੍ਰਿਸ਼ਨਾ ਮਾਰੀ ਜਾਵੇ। ਮਨ ਮਾਣ ਕਦੇ ਨਾ ਬੋਲ ਰਾਮ ਨਾਮ ਪਤ ਪਾਏ, ਮਨ ਦੇ ਵਿੱਚ ਹੀ ਜੋ ਅਮੋਲਕ ਮਾਨਕ ਰਤਨ ਲਾਲ ਰਮਣ ਸੀਲ ਵਿਆਪਕ ਸੂਪ ਨਾਮੀ ਮੇਰਾ ਵਾਹਿਗੁਰੂ ਬੈਠਾ ਸਰਬ ਦਾ ਸੁਆਮੀ ਮਾਲ ਸੋ ਅਪਰੋਗ ਕਰਕੇ ਜਾਣਿਆ ਜਾਂਦਾ। ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਇ, ਫਿਰ ਸ੍ਰਿਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੁਆਰਾ ਜਾਂ ਪਰਮੇਸ਼ੁਰ ਵਿੱਚ ਬਿਰਤੀ ਲਾਈਏ, ਮਨ ਜੋੜੀਏ ਤਾਂ ਵਾਹਿਗੁਰੂ ਜੋ ਭਗਤ ਜਨਾਂ ਦੇ ਸਰਬ ਦੁੱਖਾਂ ਨੂੰ ਹਰਦਾ ਤੋ ਅਪਰੋਖ ਆਪਣਾ ਆਪ ਰੂਪ ਕਰਕੇ ਜਾਣਿਆ ਜਾਂਦਾ। ਸਤਿਗੁਰੂ ਅੱਗੇ ਬੇਨਤੀ ਕੀਤੀ, ਪਾਤਸ਼ਾਹ ਸਰੂਪ ਨੂੰ ਅਪਰੋਕ ਜਾਣਨੇ ਤੇ ਕੀ ਫਲ ਹੁੰਦਾ ਇਹ ਬਖਸ਼ਿਸ਼ ਕਰੋ। ਸਤਿਗੁਰੂ ਕਹਿਣ ਲੱਗੇ, ਆਪ ਗਿਆ ਸੁਖ ਪਾਇਆ ਬਿਲ ਸਲ ਲੈ ਸਲ ਸਮਾਏ, ਕਿਤੇ ਤੂੰ ਆਪਾ ਭਾਓ ਆਪ ਗਵਾਈਏ ਤਾਂ ਸੋਹ ਪਾਈਏ ਔਰ ਕੈਸੀ ਚਿਤਦਾਈ। ਆਪਾ ਭਾਓ ਅੰਕਤਾ ਅੰਕ ਭੋਗਦਾ ਨਿਵਿਰਤ ਹੋਵੇ ਤਾਂ ਪਰਮ ਸੁੱਖ ਮਿਲ ਜਾਂਦਾ ਹੈ। ਕਿ ਹੰਕਾਰ ਕੀ ਸਾਰੇ ਦੁੱਖਾਂ ਦਾ ਕਾਰਨ, ਕੀ ਹੰਕਾਰ ਜਿਸਦੇ ਅਭਾਵ ਹੋਇਆ ਸਾਥ ਹੀ ਸਾਰੇ ਦੁੱਖਾਂ ਦਾ ਵੀ ਅਭਾਵ ਹੋਇਆ, ਹੰਕਾਰ ਦੇ ਨਿਵਿਰਤ ਹੋਣੇ ਵਿੱਚ ਕੀ ਲਾਭ ਹੁੰਦਾ। ਪਾਤਸ਼ਾਹ ਕਹਿਣ ਲੱਗੇ, ਹੀ ਪਿਆਰਿਆ ਜੈਸੇ ਜਲ ਦੇ ਸਾਥ ਜਲ ਮਿਲ ਕੇ ਮਿਲ ਸਲ ਲੈ ਸਲਲ ਸਮਾਏ, ਜਲ ਦੇ ਸਾਥ ਜਲ ਮਿਲ ਕੇ ਅਭਿੰਨ ਹੋ ਜਾਂਦਾ ਤੈਸੇ ਸੂਹ ਵਿੱਚ ਗਿਆਨੀ ਅਭਿੰਨ ਹੋ ਜਾਂਦਾ ਇੱਕ ਹੋ ਜਾਂਦਾ। ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ, ਜਿਨ ਪੁਰਸ਼ਾਂ ਨੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਿਆ ਨਹੀਂ ਸਿਮਰਿਆ ਸੀ ਪਾਪਾਂ ਦੇ ਕਰਿਆ ਸਦਾ ਜਨਮ ਦੇ ਤੇ ਮਰਦੇ ਰਹਿੰਦੇ ਨੇ, 84 ਦੇ ਗੇੜ ਵਿੱਚ ਪੈ ਜਾਂਦਾ। ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਬਚੈ ਬਚਾਏ, ਜਿਸ ਤੋਂ ਸਤਿਗੁਰੂ ਪੁਰਸ਼ ਨਹੀਂ ਮਿਲਿਆ ਸੋ ਪੁਰਸ਼ ਭਉ ਜਲ ਸੰਸਾਰ ਸਮੁੰਦਰ, ਆਪ ਤਾਂ ਜਲਦੇ ਨੇ ਜੋ ਤਿੰਨਾਂ ਦੇ ਸੰਗੀ ਨੇ ਤਿੰਨਾਂ ਨੂੰ ਵੀ ਮੱਧ ਉਪਦੇਸ਼ ਦੇ ਕੇ ਜਲਾ ਦਿੰਦੇ ਨੇ। ਇਹੋ ਮਾਣਕ ਜੀਓ ਨਿਰਮੋਲ ਇਉਂ ਕੌਟੀ ਬਦਲੈ ਜਾਏ, ਇਹ ਮਨੁੱਖ ਜਨਮ ਨੂੰ ਪਾ ਕੇ ਜੋ ਜੀਵਣਾ ਸੋ ਅਮੋਲ ਕਰਤਨ ਹੈ, ਕਿਉਂਕਿ ਇਸ ਵਾਹਿਗੁਰੂ ਪ੍ਰਾਪਤ ਹੁੰਦਾ, ਪ੍ਰੰਤੂ ਵਿਅਰਥ ਹੀ ਮਾਇਆ ਮਾਇਕ ਵਿਵਹਾਰਾਂ ਦੇ ਬਦਲੇ ਜਾਂਦਾ। ਇਹੋ ਮਾਣਕ ਜੀਓ ਨਿਰਮੋਲ ਇਹੋ ਕੌਡੀ ਬਦਲੈ, ਇਹ ਕੌਡੀ ਮਾਇਆ, ਕਿਉਂਕਿ ਅਮੋਲਕ ਹੈ ਆਪਣਾ ਮਨੁੱਖਾ ਜਨਮ, ਇੱਕ ਮਾਇਆ ਕੌਡੀ ਬਦਲੀ ਮਾਇਕ ਵਿਵਹਾਰਾਂ ਦੇ ਬਦਲੇ ਚਲਾ ਜਾਂਦਾ।
ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਣ। ਉਹ ਪੁਰਸ਼ ਅਤਿ ਅੰਤ ਚਤੁਰ ਅਤੇ ਸੁਜਾਣ ਨੇ ਜਿਨ੍ਹਾਂ ਨੂੰ ਗੁਰੂ ਦੁਆਰਾ ਆਤਮ ਰਸ ਮਿਲਿਆ, ਉਹ ਵਾਹਿਗੁਰੂ ਵਿੱਚ ਮਿਲੇ ਨੇ। ਗੁਰ ਮਿਲ ਭਉ ਜਲ ਲੰਘੀ ਐ ਦਰ ਗਹਿ ਪਤ ਪਰਵਾਣ। ਗੁਰੂ ਦੇ ਸਾਥ ਮਿਲ ਕੇ ਸੰਸਾਰ ਸਮੁੰਦਰ ਤੋਂ ਤਰ ਜਾਈ। ਜੋ ਪੁਰਸ਼ ਤਰ ਗਏ ਇਸ ਲੋਕ ਵਿੱਚ ਵੀ ਤਿੰਨਾਂ ਦੀ ਪਤ ਲੋਕ ਵਿੱਚ ਵੀ ਪ੍ਰਵਾਨ ਹੋ ਗਏ। ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨੀਸਾਨ। ਜਿਨ੍ਹਾਂ ਦੇ ਮੁਖੋਂ ਨਾਮ ਉਚਾਰਨ ਰੂਪੀ ਧੁਨੀ ਪ੍ਰਗਟ ਹੁੰਦੀ, ਜਪਦੇ ਨੇ ਜਪਾਉਂਦੇ ਨੇ ਇਹਨਾਂ ਨੂੰ ਸ਼ਬਦ ਬ੍ਰਹਮ ਪ੍ਰਗਟ ਹੋ ਜਾਂਦਾ। ਉਹ ਪੁਰਸ਼ ਉਜਲ ਮੁਖ ਵਾਲੇ ਨੇ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੀ ਮੁਖ ਉਜਲੇ ਕੀਤੀ ਛੁੱਟੀ। ਸ੍ਰੀ ਰਾਗ ਮਹਲਾ ਪਹਿਲਾ ਵਣਜ ਕਰੋ ਵਣ ਜਾ ਰਿਓ ਵੱਖਰ ਲਿਓ ਸੰਵਾਰ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਦਾਸ ਦੇ ਵਿੱਚ ਰਹੇ ਸਨ। ਸਤਿਗੁਰੂ ਪਾਤਸ਼ਾਹ ਜੀ ਉਸ ਨਗਰ ਵਿੱਚ ਗਏ ਜਿੱਥੇ ਵਣਜਾਰੇ ਰਹਿੰਦੇ ਤੇ ਸੰਗਤ ਮਿਲੀ ਗੁਰਦੇਵ। ਉਹ ਪੁੱਛਿਆ ਦੱਸਿਆ ਅਸੀਂ ਵਣਜਾਰੇ ਹਾਂ ਪਾਤਸ਼ਾਹ। ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਬਚਨ ਕਹਿਣ ਲੱਗੇ। ਪਹਿਲਾਂ ਉਹਨਾਂ ਨੇ ਬਚਨ ਬੇਨਤੀ ਕੀਤੀ ਕਿ ਸਤਿਗੁਰੂ ਸਾਡਾ ਉਧਾਰ ਕਿਵੇਂ ਹੋਵੇਗਾ, ਸ੍ਰੀ ਇਹ ਬਖਸ਼ਿਸ਼ ਕਰੋ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ ਕਿ ਸਾਡਾ ਉਧਾਰ ਹੋ ਜਾਵੇ, ਭਾਵ ਸਾਗਰ ਤੋਂ ਤਰਪਾਰ ਹੋ ਜਾਵੇ, ਅਸੀਂ ਬਣ ਜਾ ਰਹੇ। ਇਹ ਪਾਤਸ਼ਾਹ ਨੇ ਪਾਵਨ ਸ਼ਬਦ ਉਚਾਰਨ ਕੀਤਾ, ਵਣਜ ਕਰੋ ਬਣ ਜਾ ਰਿਓ ਵੱਖਰ ਲਿਓ ਸਵਾ। ਕੀ ਪਿਆਰਿਓ ਜੀਵ ਰੂਪੀ ਬਣ ਜਾ ਰਿਹਾ, ਸੌਦੇ ਨੂੰ ਸਮਝ ਕੇ ਲਵੋ ਜਿਵੇਂ ਤੁਸੀਂ ਬਣ ਜਾ ਰਹੇ ਹੋ ਸੌਦੇ ਕਰਦੇ। ਇਹ ਵੀ ਆਪਾਂ ਵਣਜ ਕਰਨਾ ਹੈ, ਕੈਸਾ ਬਣ ਕਿ ਭਲੇ ਤੇ ਬੁਰੇ ਸੌਦੇ ਦਾ ਵਿਚਾਰ ਕਰਕੇ ਸੇਟ ਹੋਵੇ ਸੋ ਗ੍ਰਹਿਣ ਕਰ। ਪਾਤਸ਼ਾਹ ਫਿਰ ਫਰਮਾਉਂਦੇ ਨੇ ਕੈਸਾ ਸੌਦਾ, ਤੈਸੀ ਵਸਤ ਵਸਾਹੀ ਹੈ ਜੈਸੀ ਦਿਵ ਹੈ ਨਾਲ। ਜਿਸ ਪ੍ਰਕਾਰ ਦੀ ਵਸਤੂ ਖਰੀਦੀਏ ਜੈਸੀ ਪ੍ਰਲੋਕ ਵਿੱਚ ਆਪਣੇ ਸਾਥ ਪਹੁੰਚੇ, ਦੁਨਿਆਵੀ ਤਾਂ ਨਾਲ ਨਹੀਂ ਜਾਣੀ ਤਾਂ ਇੱਥੇ ਰਹਿ ਜਾਣੀ। ਇਹ ਪਾਤਸ਼ਾਹ ਕਹਿਣ ਲੱਗੇ ਅਗੈ ਸਾਹੋ ਸੁਜਾਣ ਹੈ ਲੈਸੀ ਵਸਤ ਸੰਭਾਲ। ਪਲੋਕ ਵਿੱਚ ਜੋ ਵਾਹਿਗੁਰੂ ਸ਼ਾਹੂਕਾਰ ਸੋ ਬੜਾ ਚਤਰ ਬੜਾ ਸਿਆਣਾ ਸੁਜਾਣ ਅੰਤਰਜਾਮੀ ਹੈ, ਇਸੇ ਸੁਭਾ ਸ਼ੁਭ ਕਰਮਾਂ ਨੂੰ ਸਮਝ ਕੇ ਗ੍ਰਹਿਣ ਕਰੇਗਾ, ਤਿੰਨਾਂ ਦਾ ਫਲ ਦੇਵੇਗਾ ਕਿ ਤੂੰ ਇਹ ਪੁੰਨ ਕੀਤੇ ਇਹ ਪਾਪ ਕੀਤੇ, ਕੋਟਿਆਂ ਤੇ ਖਰਿਆਂ ਦੀ ਉਹ ਪਰਖ ਕਰੇ। ਬੇਨਤੀ ਕੀਤੀ ਪਣਜਾਰੀ ਸਿੱਖ ਕਹਿਣ ਲੱਗੇ ਪਾਤਸ਼ਾਹ ਆਪ ਨੇ ਕਿਹਾ ਤੈਸੀ ਵਸਤੂ ਖਰੀਦੋ ਜੋ ਪਲੋਕ ਵਿੱਚ ਸਾਥ ਹੈ। ਸੋ ਪਲੋਕ ਵਿੱਚ ਤੋਂ ਅਸ਼ੁਭ ਕਰਮ ਵੀ ਸਾਥ ਹੀ ਜਾਂਦੇ ਜੋ ਸ਼ੁਭ ਕਰਮ। ਪਾਤਸ਼ਾਹ ਕਹਿਣ ਲੱਗੇ
ਭਾਈ ਰੇ ਰਾਮ ਕਹੋ ਚਿਤ ਰਾਏ, ਹਰ ਜਸ ਵੱਖਰ ਲੈ ਚਲੋ ਸੋ ਦੇਖੈ ਮਤੀਆ। ਭਾਈ ਰੇ ਰਾਮ ਕਹੋ ਚਿਤ ਰਾਏ, ਇਹ ਪਿਆਰੇ ਉਹ ਰਾਮ ਰਾਮ ਨੂੰ ਚਿਤ ਲਾ ਕੇ ਉਚਾਰਨ ਕਰੋ ਜਪੋ। ਹਰੀ ਜਸ ਰੂਪੀ ਸੌਦਾ ਸਾਥ ਲੈ ਕੇ ਚਲੋ, ਇਹ ਸੱਚਾ ਸੌਦਾ ਵੱਖਰ ਜੋ ਦਰਗਾਹ ਵਿੱਚ ਸਾਥ ਜਾਵੇਗਾ, ਕਿਉਂਕਿ ਇਸ ਸੌਦੇ ਨੂੰ ਦੇਖ ਕੇ ਹਰੀ ਰੂਪਤੀ ਤੁਹਾਡੇ ਪਰ ਪਤੀ ਆਵੇਗਾ, ਬੜਾ ਪਸੰਦ ਹੋਵੇਗਾ, ਭਾਵ ਕਿ ਭਲਾ ਜਾਣੇਗਾ ਇਸਨੇ ਸੌਦਾ ਖੱਟਿਆ, ਇਹ ਲਾਹਾ ਲੈ ਕੇ ਆਇਆ। ਹਰ ਜਸ ਵੱਖਰ ਲੈ ਚਲੋ ਸੋ ਦੇਖੇ ਪਤੀ ਆਏ, ਜਿੰਨਾ ਰਾਸ ਰਾਸ ਸੱਚ ਹੈ ਕਿਉਂ ਤਿੰਨਾ ਸੁਖ ਹੋਏ। ਪਿਆਰੀ ਦੇ ਪਾਸ ਸੱਚ ਨਾਮ ਰੂਪੀ ਪੂੰਜੀ ਹੀ ਨਹੀਂ, ਸੱਚੀ ਰਾਸ ਨਾਮ ਦੀ ਪੂੰਜੀ ਜਿਨ੍ਹਾਂ ਦੇ ਪਾਸ ਨੀ, ਜੋ ਨਾਮ ਦੇ ਬਣਜਾਰੇ ਨਹੀਂ ਬਣੇ, ਨਾਮ ਨਹੀਂ ਜਪਿਆ ਜਾਂਦਾ, ਤੈਨੂੰ ਕਿਉਂ ਕਰਕੇ ਸੁੱਖ ਮਿਲੇਗਾ। ਉਹ ਸੁੱਖ ਦਾ ਪ੍ਰਾਪਤੀ ਦਾ ਕਾਰਨ ਉਹ ਸਾਥ ਚੱਲਣੇ ਵਾਲਾ ਇੱਕ ਨਾਮ ਹੈ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ, ਇਹਨਾਂ ਨੂੰ ਸੁੱਖ ਨਹੀਂ ਮਿਲਦਾ, ਕਿਉਂਕਿ ਨਾਮ ਦੀ ਪ੍ਰਾਪਤੀ ਵਿੱਚ ਹੀ ਸਾਰੇ ਸੁੱਖ ਨੇ, ਸਾਰੀਆਂ ਬਖਸ਼ਿਸ਼ਾਂ। ਖੋਟੈ ਵਣਜ ਵਣਜ ਮਨ ਤਨ ਖੋਟਾ ਹੋਏ, ਪਾਤਸ਼ਾਹ ਫਰਮਾਉਂਦੇ ਨੇ, ਖੋਟੈ ਵਣਜ ਵਣਜ ਮਨ ਤਨ ਖੋਟਾ ਹੋਏ, ਪਾਪ ਕਰਮ ਕਰਿਆ ਮਨ ਤੇ ਤਨ ਖੋਟਾ, ਔਰ ਮਨ ਵਲੀਨ ਸਿਰ ਵੀ ਭ੍ਰਸ਼ਟ ਹੋ ਜਾਂਦਾ, ਇਹ ਸਰੀਰ ਆਪਣਾ ਭ੍ਰਸ਼ਟ, ਕਿਉਂਕਿ ਖੋਟੇ ਕਰਮ, ਕਿਉਂਕਿ ਖੋਟਿਆਂ ਦੇ ਖਰਿਆਂ ਦੀ ਫਿਰ ਦਰਗਾਹ ਵਿੱਚ ਪਰਖ ਵੀ ਹੁੰਦੀ। ਇਹ ਨਿਯਮ ਇਹ ਮਰਿਆਦਾ ਹੈ ਵਧਾਤਾ ਪਰਮੇਸ਼ਰ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਕਰੇ ਆਪੇ ਪਰਖ, ਕਰੇ ਇੱਕ ਜਾਨੀ ਪਾਈਏ ਖੋਟੇ ਸੱਟੀਏ ਬਾਹ, ਕਰਿਆ ਨੂੰ ਖਜ਼ਾਨੇ ਸੱਚਖੰਡ ਵਿੱਚ ਵਾਸਾ, ਖੋਟਿਆਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ, ਸਜਾਵਾਂ ਮਿਲਦੀਆਂ ਨੇ, ਕਿਉਂਕਿ ਜਿਨ੍ਹਾਂ ਦੇ ਵਣਜ ਵਪਾਰ ਹੀ ਐਸਾ ਕਹਿੰਦਾ, ਖੋਟੈ ਵਣਜ ਵਣਜ ਮਨ ਤਨ ਖੋਟਾ, ਫਾਹੀ ਫਾਥੈ ਮਿਰਗ ਜਿਉਂ ਦੁੱਖ ਘਣੋ ਨਿਤ ਰੋਏ, ਜੈਸੇ ਜਾਲੀ ਦੇ ਵਿੱਚ ਫਸਿਆ ਹੋਇਆ ਮਿਰਗ, ਅਤ ਦਾ ਦੁਖੀ ਹੋ ਕੇ ਵਿਚਾਰਾ ਰੋਂਦਾ ਹੈ ਕਿ ਹੁਣ ਮੌਤ ਹੈ ਮੇਰੀ, ਜਾਲੀ ਵਿੱਚ ਫਸ ਰੋਂਦਾ, ਤੈਸੇ ਹੀ ਫਿਰ ਪਾਪੀ ਜੀਵ ਜਮਾਂ ਦੀ ਫਾਸੀ ਵਿੱਚ ਪਿਆ ਰੋਂਦਾ ਤੇ ਕਰਲਾਉਂਦਾ, ਕੋਈ ਬਾਤ ਪੁੱਛਣ ਵਾਲਾ ਵੀ ਨਹੀਂ, ਦੁਖੀ ਹੋ ਕੇ ਰੋਵੇਗਾ। ਖੋਟੈ ਪੋਤੈ ਨਾ ਪਵੈ ਤਿੰਨ ਹਰ ਗੁਰ ਦਰਸ ਨਾ ਹੋਏ, ਭਾਈ ਜੈਸੇ ਖੋਟੇ ਰੁਪਈਏ ਰਾਜੇ ਦੇ ਖਜ਼ਾਨੇ ਵਿੱਚ ਨਹੀਂ ਪੈਂਦੇ, ਤੈਸੇ ਖੋਟੇ ਜੀਵ ਜੋ ਮੰਦ ਕਰਮੀ ਜਿਨ੍ਹਾਂ ਨੂੰ ਹਰੀ ਜੋ ਸਭ ਤੋਂ ਵੱਡਾ ਮਨ ਉਸਦਾ ਦਰਸ਼ਨ ਨਹੀਂ। ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਈ, ਖੋਟੇ ਪੁੱਛਦੀ ਤਾਂ ਜਾਤੀ ਨਾ ਉਤ ਪਤਾ, ਔਰ ਲੋਕਾਂ ਵਿੱਚ ਪ੍ਰਤੀਸ਼ਟਾ ਕੁਛ ਨਹੀਂ, ਕਿਉਂਕਿ ਖੋਟ ਕਰਦਾ ਹੋਇਆ ਕੋਈ ਵੀ ਨਹੀਂ ਸਿੱਧ ਹੋਇਆ ਮੁਕਤ ਹੋਇਆ। ਖੋਟੇ ਖੋਟ ਕਮਾਵਣਾ ਆਏ ਗਿਆ ਪਤ ਕੋਈ, ਖੋਟੇ ਪੁੱਛਦੇ
ਤੋ ਖੋਟ ਹੀ ਕਮਾਵਣਾ। ਇਸੀ ਕਰਕੇ ਆਪਣੀ ਪਤ ਖੋ ਕੇ ਜੰਮਦਾ ਮਰਦਾ ਰਹਿੰਦਾ। ਨਾਨਕ ਮਨ ਸਮਝਾਈਆ ਗੁਰ ਕੈ ਸ਼ਬਦ ਸਲਾ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਕਰਕੇ ਆਪਣੇ ਮਨ ਨੂੰ ਸਮਝਾਇਆ, ਗੁਰੂ ਉਪਦੇਸ਼ ਕਰਕੇ ਵਾਹਿਗੁਰੂ ਦੀ ਉਸਤਤੀ ਕਥਨ ਕੀਤੀ, ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਨਾ। ਰਾਮ ਨਾਮ ਜਪਿਆ ਰੰਗ ਵਿੱਚ ਰਤੇ ਗਏ, ਤਿੰਨ ਪੁਰਸ਼ਾਂ ਨੂੰ ਜੂਨਾਂ ਦਾ ਰੁੱਖ ਨਹੀਂ ਹੁੰਦਾ, ਤਿੰਨਾਂ ਦਾ ਭਰਮ ਵੀ ਨਿਵਿਰਤ ਹੋਇਆ। ਕਿਤੇ ਜਦੋਂ ਐਸੀ ਸ਼ੰਕਾ ਹੋਵੇਗੀ ਭਰਮ ਦਾ ਸੂਤ ਕੀ, ਅਨ ਵਸਤੂ ਨੂੰ ਅਨ ਪ੍ਰਕਾਰ ਜਾਣਨਾ ਭਰਮ ਕੈ ਸੋ ਅਨੇਕ ਪ੍ਰਕਾਰ ਦਾ ਭਰਮ। ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ। ਇਹ ਪਿਆਰਿਓ, ਹਰੀ ਨਾਮ ਨੂੰ ਜਪਿਆ ਕੀ ਲਾਹਾ ਲਾਭ ਅਧਿਕ ਹੋਇਆ। ਜਿਨ੍ਹਾਂ ਨੇ ਜਪਿਆ ਕਿਆ ਲਾਭ ਹੋਇਆ, ਕਿ ਮਨ ਵਿੱਚ ਹੀ ਅੰਤ ਹੈ ਗਣ ਦਾ ਸਾਖੀ ਰੂਪ ਜਾਣਿਆ, ਉਹ ਭੈ ਤੋਂ ਰਹਿਤ ਹੋ ਗਏ। ਜਿਨ੍ਹਾਂ ਨੇ ਨਾਮ ਨੂੰ ਜਪਿਆ ਉਹ ਭਵ ਸਾਗਰ ਤੋਂ ਤਰ ਗਏ, ਪਾਰ ਹੋ ਗਏ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦ ਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗਤ ਕਰੀਏ, ਸਤਿ ਪੁਰਸ਼ਾਂ ਦੀ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ।